ਪੂਰੀ ਦੁਨੀਆ ਵਿੱਚ ਜਸ ਪੰਜਾਬੀ ਦੇਖਣ ਵਾਲੇ ਸਾਰੇ ਪੰਜਾਬੀਆਂ ਨੂੰ ਫਤਿਹ ਅਰਜ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਜਲਵੇ ਜਗ੍ਹਾ ਅੱਜ ਅਸੀਂ ਤੁਹਾਨੂੰ ਇੱਕ ਐਸੇ ਰੂਹਾਨੀ ਸਮਾਗਮ ਵਿੱਚ ਲੈ ਕੇ ਆਏ ਹਾਂ ਜਿਸ ਨੂੰ ਦੇਖ ਕੇ ਘਰਾਂ ਵਿੱਚ ਬੈਠੇ ਦਰਸ਼ਕ ਬਹੁਤ ਖੁਸ਼ ਹੋਣਗੇ, ਉਹਨਾਂ ਨੂੰ ਵਧੀਆ ਲੱਗੇਗਾ। ਜਿਵੇਂ ਕਿ ਸਭ ਨੂੰ ਪਤਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅੱਜ 5 ਜਨਵਰੀ ਨੂੰ ਹੈ ਔਰ ਪੂਰੀ ਸਿੱਖ ਜਗਤ ਸਮੂਹ ਪੰਜਾਬੀਆਂ ਵਿੱਚ ਬਹੁਤ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ, ਬਹੁਤ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ। ਔਰ ਇਸੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਵਾਲਨਟ, ਕੈਲੀਫੋਰਨੀਆ ਦੇ ਵਿੱਚ, ਜਿੱਥੇ ਧੰਨ 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 ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਨੇ। ਇਹਨਾਂ ਸਮਾਗਮਾਂ ਦੇ ਵਿੱਚ ਅੱਜ ਇਸ ਗੁਰੂ ਘਰ ਤੋਂ ਤੁਹਾਨੂੰ ਸਿੱਧਾ ਪ੍ਰਸਾਰਣ ਦਿਖਾ ਰਹੇ ਹਾਂ ਜਿਸ ਦੇ ਵਿੱਚ ਬਹੁਤ ਉੱਘੇ ਵਿਦਵਾਨ ਅਤੇ ਕੀਰਤਨੀ ਜਥੇ ਜਿਹੜੇ ਆ ਕੀਰਤਨ ਵੀ ਕਰਨਗੇ। ਸੋ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜੀ, ਇਸ ਗੁਰੂ ਘਰ ਦੇ ਵਿੱਚ ਇੱਕ ਬਹੁਤ ਵੱਡਾ ਪਾਰਕਿੰਗ ਲੋਟ ਹੈ ਔਰ ਪਹਾੜਾਂ ਦੀ ਗੋਦ ਦੇ ਵਿੱਚ ਇਹ ਗੁਰੂ ਘਰ ਵਸਿਆ ਹੋਇਆ। ਚਾਰ ਚੁਫੇਰੇ ਪਹਾੜ ਨਜ਼ਰ ਆ ਰਹੇ ਨੇ, ਆਲੀਸ਼ਾਨ ਵਾਦੀਆਂ ਦੇ ਵਿੱਚ ਬਹੁਤ ਹੀ ਖੂਬਸੂਰਤ ਨਜ਼ਾਰਾ ਹੈ ਇਸ ਵਾਲਨਟ ਗੁਰੂ ਘਰ ਦਾ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਨੇ। ਸ਼ੁਰੂਆਤ ਦੇ ਵਿੱਚ ਹੀ ਸੰਗਤਾਂ ਨੇ ਬੜੀਆਂ ਚਾਵਾਂ ਦੇ ਨਾਲ ਇਸ ਗੁਰੂ ਘਰ ਨੂੰ ਸਜਾਇਆ ਰੰਗ ਬਿਰੰਗੇ ਪਰਦੇ ਲਾ ਕੇ, ਔਰ ਅੰਦਰ ਵੜਦੇ ਹੀ ਬੜਾ ਮਨਮੋਹਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਬਹੁਤ ਹੀ ਸਾਦਗੀ ਔਰ ਵਧੀਆ ਤਰੀਕੇ ਨਾਲ ਗੁਰੂ ਘਰ ਨੂੰ ਸਜਾਇਆ ਗਿਆ ਔਰ ਅੰਦਰ ਵੜਦੇ ਹੀ ਇੱਕ ਬਹੁਤ ਖੂਬਸੂਰਤ ਪ੍ਰਭਾਵ ਪੈਂਦਾ। ਜੋੜਾ ਘਰ ਇੱਥੇ ਵੀ ਹੈ ਅਤੇ ਨੀਚੇ ਲੰਗਰ ਹਾਲ ਦੇ ਕੋਲ ਵੀ ਜੋੜਾ ਘਰ ਬਕਾਇਦਾ ਬਣਾਇਆ ਗਿਆ। ਦਰਸ਼ਨੀ ਦਿਓਡੀ ਦੇ ਨਾਲ ਹੀ ਗੁਰੂ ਘਰ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਬਹੁਤ ਖੂਬਸੂਰਤ ਲਾਇਬ੍ਰੇਰੀ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਕਿ ਸਾਡੇ ਸਿੱਖ ਇਤਿਹਾਸ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਨੂੰ ਮਿਲਦੀਆਂ ਨੇ ਸਾਡੇ ਬੱਚਿਆਂ ਨੂੰ। ਬਹੁਤ ਹੀ ਵੱਡਾ ਲੰਗਰ ਹਾਲ ਅਤੇ ਉਹਦੇ ਨਾਲ ਹੀ ਬਹੁਤ ਵੱਡੀ ਕਿਚਨ, ਜਿੱਥੇ ਸਾਡੀਆਂ ਸੰਗਤਾਂ, ਬੀਬੀਆਂ, ਭੈਣਾਂ, ਭਰਾ, ਬਜ਼ੁਰਗ ਸੇਵਾ ਕਰ ਰਹੇ ਨੇ ਲੰਗਰ ਦੀ। ਕਿਤੇ ਵੀ ਲੰਗਰ ਦੀ ਗੱਲ ਚੱਲਦੀ ਹੈ ਤਾਂ ਸਾਡੀਆਂ ਸੰਗਤਾਂ ਪੂਰੇ ਉਤਸ਼ਾਹ ਦੇ ਨਾਲ, ਪੂਰੇ ਸ਼ਰਧਾ ਦੇ ਨਾਲ ਲੰਗਰ ਦੇ ਵਿੱਚ ਸੇਵਾ ਕਰਦੀਆਂ ਨੇ। ਇੱਧਰ ਅਸੀਂ ਦੇਖ ਰਹੇ ਹਾਂ ਅਲਸੀ ਦੀਆਂ ਪਿੰਨੀਆਂ, ਜੋ ਕਿ ਠੰਡ ਦੇ ਵਿੱਚ ਬਹੁਤ ਕਾਰਗਰ ਸਾਬਤ ਹੁੰਦੀਆਂ ਨੇ, ਉਹ ਵੀ ਇੱਥੇ ਬਿਲਕੁਲ ਤਾਜ਼ਾ ਤਿਆਰ ਕਰ ਰਹੇ ਨੇ। ਨਾਲ ਦੀ ਨਾਲ ਹੋਰ ਸਬਜ਼ੀਆਂ ਦੇ ਲੰਗਰ ਦੀ ਤਿਆਰੀ। ਸੰਗਤਾਂ ਹਰ ਸੇਵਾ ਦਿਲੋਂ ਕਰਦੀਆਂ ਨੇ, ਚਾਹੇ ਉਹ ਲੰਗਰ ਬਣਾਉਣ ਦੀ ਸੇਵਾ ਹੋਵੇ, ਚਾਹੇ ਗੱਲ ਕਰੀਏ ਅਲਸੀ ਦੀਆਂ ਤਾਜ਼ੀਆਂ ਤਾਜ਼ੀਆਂ ਪਿੰਨੀਆਂ ਦੀ, ਬਹੁਤ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੀਆਂ ਨੇ ਸੰਗਤਾਂ। ਆਓ ਆਪ ਜੀ ਨੂੰ ਲੈ ਕੇ ਚੱਲਦੇ ਹਾਂ ਦੀਵਾਨ ਹਾਲ ਵਿੱਚ ਅਤੇ ਮਾਣਦੇ ਹਾਂ ਆਨੰਦ ਸਮਾਗਮ ਦਾ। ਦੀ
Thank you.
ਜਹਾਨ ਰਾਜ ਪਾਇਨਾਨ ਪਾਇਨ ਦੀਵਾਨ ਦੇਵ ਉਪਮਾ ਮਹਾਨ ਰਾਜਨ ਰਾਜ
राजन में तू राजा कहिए पूमन में पूमा ठाकुर में ठकुराई तेरी कोमन सिर को मां पिता मेरो बड़ो तनी अगमा पिता मेरो बड़ो तनी अगमा उस कबल करी जय करते बिख रहे बिस्मा बिस्मा राजा सतगुरु पूरा तन है तन है तिस मिली है सात गुर सजने 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 जिस अंतर हर गुणकारी जिस अंतर हर गुणकारी सो सतगुर पूरा तन तन है तन तन है सो सतगुर पूरा तन तन तिस मिली है सात गुर प्रीत में तिस मिली है सात गुर तिस मिली है सात गुर प्रीत में तिस मिली है सात गुर जिन हो बिचुमारी जिन हो बिचुमारी सो सतगुर पूरा तन 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 मुहारी उपदेश दे सब श्रेष्ठ सुवारी हरि उपदेश दे सब श्रेष्ठ सुवारी सो सतगुर पूरा तन तन है तन तन
नित जपियो संतो राम नाम, नित जपियो संतो राम नाम, नित जपियो संतो राम नाम, नित जपियो संतो राम नाम। ओ जल देख तारी सब श्रेष्ठ सुवारी, जिन हरि उपदेश दे सब श्रेष्ठ सुवारी, सो सतगुर पूरा तन तन है, तन तन है, सो सतगुर पूरा तन तन ਜਗਦੀ ਕਿਰਨਾਂ ਬਖਸ਼ਿਸ਼ ਕਰਦੇ ਹੋਏ ਆਓ ਪਿਆਰ ਸਤਿ ਫਤਿਹ ਸਾਂਝ ਪਾਈਏ ਜੀ, ਅਗਲਾ ਪ੍ਰੋਗਰਾਮ ਸਰਵਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਭਾਈ ਸਾਹਿਬ ਭਾਈ ਰਘਵੀਰ ਸਿੰਘ ਜੀ ਦੇ, ਜਿਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਸੰਗਤਾਂ ਜਿਸ ਚੀਜ਼ ਦੀ ਬੜੀ ਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹਨ, ਪੰਥ ਦੇ ਇਤਿਹਾਸਿਕ ਬੁਰਾਰੇ ਸਪੀਕਰ ਹਿਸਟੋਰੀਅਨ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਜਿਨ੍ਹਾਂ ਦੀ ਜਿੰਨੀ ਵੀ ਤਾਰੀਫ ਕੀਤੀ ਜਾਏ ਅਲਫਾਜ਼ ਘੱਟ ਪੈਂਦੇ ਹਨ। ਇਹਨਾਂ ਦੀਆਂ ਤਕਰੀਬਨ 7 ਕਿਤਾਬਾਂ ਸਿੱਖ ਸੰਗਤਾਂ ਤੱਕ ਪਹੁੰਚ ਚੁੱਕੀਆਂ ਹਨ, 13 ਕਿਤਾਬਾਂ ਹੋਰ ਆ ਰਹੀਆਂ ਹਨ। ਯੂਟਿਊਬ 'ਤੇ ਸੈਂਕੜੇ ਨਹੀਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਹਨਾਂ ਦੇ ਲੈਕਚਰ ਹਨ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ, ਜਦੋਂ ਵੀ ਮੌਕਾ ਲੱਗੇ ਯੂਟਿਊਬ 'ਤੇ ਜ਼ਰੂਰ ਹੀ ਇਹਨਾਂ ਦੀਆਂ ਵੀਡੀਓ ਦੇਖੋ। ਇਹਨਾਂ ਨੇ ਬਹੁਤ ਹੀ ਜਾਗਰਤੀ ਸਿੱਖ ਇਤਿਹਾਸ ਵਿੱਚ ਲਿਆਂਦੀ ਹੈ। ਜਿੰਨੀ ਦੇਰ ਤੱਕ ਸਾਨੂੰ ਇਤਿਹਾਸ ਦੀ ਨੌਲੇਜ ਨਹੀਂ ਹੋਏਗੀ, ਸਾਨੂੰ ਆਪਣੇ ਪਿਛੋਕੜ ਦੀ ਨੌਲੇਜ ਨਹੀਂ ਹੋਏਗੀ, ਅਸੀਂ ਆਪਣੇ ਬਾਣੇ ਨੂੰ ਸਰਪੰਚ ਨੂੰ ਸੰਭਾਲ ਨਹੀਂ ਪਾਵਾਂਗੇ। ਅਤੇ ਮੈਂ ਹੁਣ ਬੇਨਤੀ ਕਰਾਂਗਾ
ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ ਜੀ ਨੂੰ ਉਹ ਇੱਕ ਘੰਟੇ ਤੱਕ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨ। ਜਿਹੜੀਆਂ ਸੰਗਤਾਂ ਲੰਗਰ ਹਾਲ ਦੇ ਵਿੱਚ ਚਾਹ ਪਾਣੀ ਛੱਕ ਚੁੱਕੀਆਂ ਹਨ, ਮੈਂ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਕਰਾਂਗਾ ਕਿ ਦੀਵਾਨ ਹਾਲ ਦੇ ਵਿੱਚ ਆ ਜਾਓ ਅਤੇ ਆ ਕੇ ਗੁਰ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਸ ਦੀ ਮਨਜ਼ੂਰ ਨਾਸਰੋ ਮਨਸੂਰ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਘਰ ਕਮਰਾ ਦੁਆਰਾ ਗੁਰਦਾ ਗੱਦੀ ਦੇ ਉੱਪਰ ਬਿਰਾਜਮਾਨ ਵਾਲੀਏ ਕੁਲ ਆਲਮ ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗਰੀਬ ਨਿਵਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਕੱਦਸ ਗੋਦ ਦੇ ਵਿੱਚ ਜੁੜ ਬੈਠੇ ਅਜ਼ੀਜ਼ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਆਪ ਜੀ ਨੇ ਕੀਰਤਨੀ ਜਥੇ ਦੇ ਪਾਸੋਂ ਕੀਰਤਨ ਸਰਵਣ ਕੀਤਾ ਔਰ ਉਸ ਤੋਂ ਪਹਿਲਾਂ ਜਿਹੜਾ ਕੀਰਤਨੀ ਜਥਾ ਆਪ ਜੀ ਦੇ ਸਾਹਮਣੇ ਗੁਰਬਾਣੀ ਦੇ ਰੂਹਾਨੀ ਕੀਰਤਨ ਦਾ ਤੁਹਾਡੇ ਨਾਲ ਸਾਂਝ ਪਾ ਰਿਹਾ ਸੀ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸਤਤ ਦੇ ਵਿੱਚ ਉਚਾਰੀ ਭਾਈ ਨੰਦ ਲਾਲ ਜੀ ਦੀ ਰਚਨਾ ਦੇ ਵਿੱਚੋਂ ਇੱਕ ਸ਼ਬਦ ਪੜ੍ਹਿਆ, ਦੀਨ ਦੁਨੀਆ ਦਰਕ ਮੰਦੇ ਆਪ ਰੀ ਰੁਖਸਾਰਵਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰਵਾਂ। ਇਸੇ ਨਜ਼ਮ ਦੇ ਇੱਕ ਸ਼ਬਦ ਦੇ ਵਿੱਚ ਬੜਾ ਪਿਆਰਾ ਫਰਮਾਨ ਕਰਦੇ ਨੇ ਭਾਈ ਨੰਦ ਲਾਲ ਜੀ, ਕਹਿੰਦੇ ਸਮਝ ਨਹੀਂ ਆਉਂਦੀ ਇਹ ਦਸ਼ਮੇਸ਼ ਪਿਤਾ ਤੇਰੇ ਕਿਹੜੇ ਰੰਗ ਨੂੰ ਬਿਆਨ ਕਰਾਂ। ਪ੍ਰੋਫੈਸਰ ਪੂਰਨ ਸਿੰਘ ਨੂੰ ਤੁਸੀਂ ਪੜ੍ਹਦੇ ਹੋ ਦ ਟੈਨ ਮਾਸਟਰਸ ਦੇ ਵਿੱਚ ਤਾਂ ਉਹ ਇੱਕ ਗੱਲ ਕਹਿ ਦਿੰਦੇ ਨੇ ਕਿ ਨਾਨਕ ਗੋਬਿੰਦ ਸਿੰਘ ਬੜੀ ਵੱਖਰੀ ਗੱਲ ਹੈ, ਪਰ ਉਸੇ ਗੱਲ ਨੂੰ ਖੋਲ ਕੇ ਵੇਖਣਾ ਹੋਵੇ ਤੇ ਭਾਈ ਨੰਦ ਲਾਲ ਕਹਿੰਦੇ ਨੇ ਹਮੂ ਗੁਰੂ ਗੋਬਿੰਦ ਨਾਨਕ ਅਸਤ ਹਮੂ ਰਤਨ ਜ਼ਹਰ ਮਾਣਕ ਅਸਤ। ਜੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਸਮਝਣਾ ਹੈ ਤੇ ਕਲਗੀਧਰ ਪਾਤਸ਼ਾਹ ਪ੍ਰਤੱਖ ਰੂਪ ਨੇ, ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਤੱਖ ਸਰੂਪ ਨੂੰ ਸਮਝਣਾ ਹੈ ਤੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਬਿਨਾਂ ਸਮਝਿਆ ਨਹੀਂ ਜਾ ਸਕਦਾ। ਭਾਵ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਇਸੇ ਕਰਕੇ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਨਾਨਕ ਗੋਬਿੰਦ ਸਿੰਘ ਤੇ ਨੰਦ ਲਾਲ ਕਹਿ ਦਿੰਦੇ ਨੇ ਹਮੂ ਰਤਨ ਜ਼ਹਰ ਮਾਣਕ ਅਸਤ ਹਮੂ ਗੁਰੂ ਗੋਬਿੰਦ ਨਾਨਕ ਅਸਤ। ਵੱਖ ਹੈ ਹੀ ਕਿਤੇ ਨਹੀਂ ਔਰ ਨਾ ਹੀ ਵੱਖ ਕਰਕੇ ਵੇਖਿਆ ਜਾ ਸਕਦਾ ਹੈ। ਹੁਣ ਨੰਦ ਲਾਲ ਕਹਿ ਰਹੇ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਦੇ ਬਾਰੇ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇ ਸ਼ਬਦ ਰੰਗ ਹਾਏ ਮੁਖਤਲਿਫ ਦਾਰਤ ਬੁੱਤੇ ਅਯਾਰਮਾ। ਇਹ ਨੰਦ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਦੇ ਬਾਰੇ ਕਹਿੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਕਾਲ ਪੁਰਖ ਦੇ ਬਾਰੇ ਇੱਕ ਗੱਲ ਬਿਆਨ ਕਰ ਦਿੰਦੇ ਨੇ। ਉਹ ਜਦੋਂ ਗੁਰੂ ਦੇ ਨਾਲ ਸਿੱਖ ਦੀ ਪ੍ਰੀਤ ਦੀ ਗੱਲ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈ ਗਨਾਨ। ਅਗਲੀ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ। ਉਹ ਕਹਿੰਦੇ ਪੂਰਨ ਪ੍ਰੇਮ ਪ੍ਰਤੀਤ ਸਚੈ ਵਰਤ ਗੋੜ ਮੜੀ ਮਠ ਪੂਰ ਨ ਮਾਨੇ। ਇੱਥੇ ਸ਼ਬਦ ਆ ਜਾਂਦਾ ਪੂਰਨ ਪ੍ਰੇਮ, ਇਸ ਦਾ ਮਤਲਬ ਕੋਈ ਪ੍ਰੇਮ ਅਧੂਰਾ ਵੀ ਹੋ ਸਕਦਾ ਹੈ।
ਤੇ ਗੁਰਬਾਣੀ ਦੇ ਵਿੱਚ ਗੁਰਮਤ ਵਿਚਾਰਧਾਰਾ ਦੇ ਵਿੱਚ ਪਿਆਰ ਦੀਆਂ ਬਹੁਤ ਉਦਾਹਰਨਾਂ ਨੇ, ਬਹੁਤ ਜ਼ਿਆਦਾ ਉਦਾਹਰਨਾਂ। ਭਗਤ ਰਵਿਦਾਸ ਇੱਕ ਬੜੀ ਪਿਆਰੀ ਉਦਾਹਰਨ ਦਿੰਦੇ ਨੇ, ਮ੍ਰਿਗ ਮੀਨ ਪਤੰਗ ਪ੍ਰਿੰਗ ਕੁੰਚਰ ਏਕ ਦੋਖ ਬਿਨਾਸ ਪੰਚ ਦੋਖ ਅਸਾਧ ਜਾਮੇ ਤਾਕੀ ਕੇਤਕ ਆਸ। ਕੋਈ ਸ਼ੱਕ ਨਹੀਂ ਮੱਛੀ ਪਾਣੀ ਦੇ ਨਾਲ ਬੜਾ ਪਿਆਰ ਕਰਦੀ ਹੈ, ਭੰਵਰਾ ਫੁੱਲ ਦੇ ਨਾਲ ਬੜਾ ਪਿਆਰ ਕਰਦਾ ਹੈ, ਪਤੰਗਾ ਸ਼ਮਾ ਦੇ ਨਾਲ ਬੜਾ ਪਿਆਰ ਕਰਦਾ ਹੈ, ਹਿਰਨ ਰਾਗ ਦੇ ਨਾਲ ਬੜਾ ਪਿਆਰ ਕਰਦਾ ਹੈ। ਪਿਆਰ ਹੈ ਔਰ ਪਿਆਰ ਦੀਆਂ ਉਦਾਹਰਨਾਂ ਵੀ ਨੇ। ਭਾਈ ਸਾਹਿਬ ਭਾਈ ਗੁਰਦਾਸ ਸਾਡੇ ਸਾਹਮਣੇ ਇੱਕ ਵੱਖਰਾ ਨੁਕਤਾ ਰੱਖ ਦਿੰਦੇ ਨੇ। ਉਹ ਕਹਿੰਦੇ ਨੇ ਦੀਪਕ ਪਤੰਗ ਅਲ ਕਮਲ ਸਲਲ ਮੀਨ ਚੱਕਵੈ ਚਕੋਰ ਮ੍ਰਿਗ ਰਵ ਸਸ ਨਾਦ ਹੈ ਪ੍ਰੀਤ ਇੱਕ ਅੰਗੀ ਬਹੁਰੰਗੀ ਨਾ ਸੰਗੀ ਕੋਈ ਸਭੇ ਦੁਖਦਾਈ ਨਾ ਸਹਾਈ ਅੰਤ ਆਦਿ ਹੈ ਜੀਵਤ ਨਾ ਸਾਧ ਸੰਗ ਮੋਏ ਨਾ ਪਰਮ ਗਤ ਗਿਆਨ ਧਿਆਨ ਪ੍ਰੇਮ ਰਸ ਪ੍ਰੀਤਮ ਪ੍ਰਸਾਦ ਹੈ। ਦੀਪਕ ਪਤੰਗ ਸ਼ਮਾ ਜਲ ਰਹੀ ਹੋਵੇ ਪਰਵਾਨਾ ਆਉਂਦਾ ਹੈ ਆਪਣਾ ਆਪਾ ਕੁਰਬਾਨ ਕਰ ਦਿੰਦਾ ਹੈ। ਅਲ ਕਮਲ ਕਮਲ ਦੇ ਫੁੱਲ ਦੇ ਵਿੱਚ ਭੰਵਰਾ ਆਪਣੀ ਜਾਨ ਦੇ ਦਿੰਦਾ। ਸਲਲ ਮੀਨ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ। ਚੱਕਵਾ ਸੂਰਜ ਨੂੰ ਤੱਕਦਾ ਹੈ, ਚਕੋਰ ਚੰਦਰਮਾ ਨੂੰ ਤੱਕਦਾ ਹੈ, ਮ੍ਰਿਗ ਰਾਗ ਦੇ ਉੱਪਰ ਆ ਜਾਂਦਾ ਹੈ। ਪਰ ਕਹਿੰਦੇ ਮੈਨੂੰ ਇੱਕ ਗੱਲ ਦੱਸੋ, ਪ੍ਰੀਤ ਇੱਕ ਅੰਗੀ, ਇਹ ਤਾਂ ਇੱਕ ਪਾਸੇ ਦਾ ਪਿਆਰ ਹੈ। ਮੱਛੀ ਤੜਫ ਰਹੀ ਹੋਵੇ ਕਦੀ ਪਾਣੀ ਉਸਦੇ ਕੋਲ ਨਹੀਂ ਆਉਂਦਾ, ਕਦੀ ਵੀ ਫੁੱਲ ਭੰਵਰੇ ਦੇ ਕੋਲ ਨਹੀਂ ਗਿਆ, ਕਦੀ ਵੀ ਰਾਗ ਹਿਰਨ ਦੇ ਕੋਲ ਨਹੀਂ ਗਿਆ, ਅਜੇ ਤੱਕ ਸੂਰਜ ਚੱਕਵੇ ਦੇ ਕੋਲ ਨਹੀਂ ਆਇਆ, ਅਜੇ ਤੱਕ ਚੰਦ ਚਕੋਰ ਤੱਕ ਨਹੀਂ ਆਇਆ। ਕਹਿੰਦੇ ਪ੍ਰੀਤ ਇੱਕ ਅੰਗੀ ਬਹੁਰੰਗੀ ਨਾ ਸੰਗੀ ਕੋਈ ਸਭੇ ਦੁਖਦਾਈ ਨਾ ਸਹਾਈ ਅੰਤ ਆਦਿ ਹੈ ਜੀਵਤ ਨਾ ਸਾਧ ਸੰਗ ਮੋਏ ਨਾ ਕਰਮਗਤ ਗਿਆਨ ਧਿਆਨ ਪ੍ਰੇਮ ਰਸ ਪ੍ਰੀਤਮ ਪ੍ਰਸਾਦ ਹੈ। ਹੁਣ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪੂਰਨ ਪ੍ਰੇਮ ਪ੍ਰਤੀਤ ਸਚੇ, ਫਿਰ ਪਿਆਰ ਦੀ ਪੂਰਨਤਾ ਕੀ ਹੈ? ਪਿਆਰ ਦੀ ਪੂਰਨਤਾ ਦਾ ਆਰੰਭ ਤੇ ਸਿਖਰ ਉੱਥੇ ਹੈ ਜਿੱਥੇ ਅਸੀਂ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆ ਕੇ ਹੋਏ ਲੇਤ ਹੈ। ਸਿੱਖ ਇੱਕ ਕਦਮ ਤੁਰਦਾ ਹੈ ਤੇ ਗੁਰੂ ਕਰੋੜਾਂ ਕਦਮ ਤੁਰ ਕੇ ਉਸਨੂੰ ਬਗਲਗੀਰ ਕਰ ਲਵੇ, ਇਹ ਪਿਆਰ ਦੀ ਸੰਪੂਰਨਤਾ ਹੈ। ਨਹੀਂ ਤੇ ਜਿਹੜੀਆਂ ਉਦਾਹਰਨਾਂ ਦਿੰਦੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਪੂਰਨਤਾ ਨਹੀਂ ਹੈ, ਇਹ ਪ੍ਰੇਮ ਦੀ ਪੂਰਨਤਾ ਹੈ। ਹੁਣ ਇਸੇ ਪਿਆਰ ਦੀ ਪੂਰਨਤਾ ਦੇ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਨੂੰ ਵੇਖਦੇ ਨੇ ਨੰਦ ਲਾਲ, ਤੇ ਜਦੋਂ ਪਿਆਰ ਦੀ ਪੂਰਨਤਾ ਦੇ ਵਿੱਚ ਉਹ ਇਸ ਸ਼ਖਸੀਅਤ ਨੂੰ ਵੇਖਦੇ ਨੇ ਤੇ ਫਿਰ ਉਹ ਕਹਿੰਦੇ ਨੇ ਮੈਂ ਬਿਆਨ ਕੀ ਕਰਾਂ। ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇ ਸ਼ਬਦ ਰੰਗ ਹਾਏ ਮੁਖਤਲਿਫ ਦਾਰਦ ਬੁੱਧੇ ਅਯਾਰਮਾ। ਇਹ ਕਲਗੀਧਰ ਪਾਤਸ਼ਾਹ ਤੇਰੀ ਸ਼ਖਸੀਅਤ ਦੇ ਰੰਗ ਹੀ ਇੰਨੇ ਨੇ ਕਿ ਇਹਨਾਂ ਰੰਗਾਂ ਨੂੰ ਨਾ ਤੇ ਕੋਈ ਕੁਵਤੇ ਤਹਿਰੀਰ ਦੇ ਵਿੱਚ ਬਿਆਨ ਕਰ ਸਕਦਾ ਹੈ ਤੇ ਨਾ ਕੋਈ ਲਿਖ ਸਕਦਾ। ਮੈਂ ਬੋਲ ਨਹੀਂ ਸਕਦਾ, ਕੋਈ ਲਿਖ ਨਹੀਂ ਸਕਦਾ, ਸ਼ਖਸੀਅਤ ਦੇ ਰੰਗ ਹੀ ਇੰਨੇ ਨੇ। ਪਰ ਅੱਗੇ ਜਾ ਕੇ ਇੱਕ ਹੋਰ ਬੜੀ ਵੱਖਰੀ ਗੱਲ ਬਿਆਨ ਕਰ ਦਿੰਦੇ ਨੇ, ਕਹਿੰਦੇ ਇੱਕ ਰੰਗ ਤੇਰੇ ਕੋਲ ਹੋਰ ਬੜਾ ਵੱਖਰਾ ਹੈ। ਗੁਲਾਬੋ ਅੰਬਰੋ ਮੁਸ਼ਕੋ ਉਬੀਰੇ ਚੂ ਬਾਰਾਂ ਬਾਰਸੇ ਅੱਜ ਸੂ ਬਸੂ ਕਰਦ। ਕਹਿੰਦੇ ਦੁਨੀਆਂ ਦੇ ਵਿੱਚ ਬੜੇ ਰੰਗ ਨੇ, ਗੁਲਾਬ ਅੰਬਰ ਅਬੀਰ ਬੜੇ ਰੰਗ ਨੇ ਦੁਨੀਆਂ ਦੇ ਵਿੱਚ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੀ ਸ਼ਖਸੀਅਤ ਦੇ ਵਿੱਚ ਇੱਕ ਰੰਗ ਬੜਾ ਵੱਖਰਾ ਹੈ। ਅਸ ਪਿਚਕਾਰੀਏ ਪੁਰ ਜ਼ਾਫਰਾਨੀ ਕਿ ਹਰ ਬੇਰੰਗ ਕੋ ਖੁਸ਼ ਰੰਗੋ ਬੂ ਕਰਦ। ਇਹ ਰੰਗ ਤੇਰੇ ਕੋਲ ਬੜਾ ਵੱਖਰਾ ਹੈ ਕਿ ਤੇਰੇ ਕੋਲ ਰੂਹਾਨੀਅਤ ਦਾ ਰੰਗ ਐਸਾ ਹੈ ਕਿ ਜਿਸ ਦੇ ਉੱਪਰ ਤੂੰ ਕਿਰਪਾ ਕਰ ਦਿੰਦਾ ਉਹ ਆਪਣੇ ਵਰਗਾ ਬਣਾ ਲੈਂਦਾ। ਤੇਰੇ ਕੋਲ ਇਹ ਰੰਗ ਬੜਾ ਵੱਖਰਾ ਹੈ। ਇਸੇ ਕਰਕੇ ਸਾਡੇ ਸੁਰਤਾਂ 'ਚ ਆਉਂਦਾ ਹੈ ਖਾਲਸਾ ਮੇਰੋ ਰੂਪ ਹੈ ਕਾਸ, ਖਾਲਸੇ ਮੇ ਹੋ ਕਰੋ ਨਿਵਾਸ, ਕਿ ਗੁਰੂ ਨੇ ਖਾਲਸੇ ਨੂੰ ਉਹ ਰੰਗ ਦੇ ਦਿੱਤਾ ਜਿਸ ਨੂੰ ਨੰਦ ਲਾਲ ਕਹਿੰਦੇ ਨੇ
ਅਜ ਪਿਚਕਾਰੀਏ ਪੁਰ ਜ਼ਾਫਰਾਨੀ ਕਿ ਹਰ ਖੁਸ਼ ਰੰਗ ਜਿਹੜਾ ਵੀ ਹੈ ਉਹਨੂੰ ਖੁਸ਼ੀ ਦਾ ਰੰਗ ਦੇ ਦਿੱਤਾ, ਬੇਰੰਗ ਨੂੰ ਰੰਗੋ ਬੂ ਕਰਤ। ਜਿਹਦੇ ਕੋਲ ਰੂਹਾਨੀਅਤ ਦਾ ਕੋਈ ਰੰਗ ਨਹੀਂ ਸੀ, ਜਿਹਦੇ ਕੋਲ ਦ੍ਰਿੜਤਾ ਦਾ ਕੋਈ ਰੰਗ ਨਹੀਂ ਸੀ, ਜਿਹਦੇ ਕੋਲ ਬਹਾਦਰੀ ਦਾ ਕੋਈ ਰੰਗ ਨਹੀਂ ਸੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸਾਰੇ ਰੰਗ ਬਖਸ਼ਿਸ਼ ਕਰ ਦਿੱਤੇ। ਸ਼ਬਦ ਸਰਵਣ ਤੁਸੀਂ ਕੀਤਾ ਗੁਰਦੇਵ ਪਾਤਸ਼ਾਹ ਦੇ ਪਟਨੇ ਦੇ ਵਿੱਚ ਪ੍ਰਗਟ ਹੋਣ ਦੇ ਬਾਰੇ। ਪਹਿਲਾ ਨਾਮ ਪਾਟਲੀਪੁੱਤਰ, ਕਦੀ ਇੱਥੇ ਅਸ਼ੋਕ ਦਾ ਰਾਜ, ਕਦੀ ਇੱਥੇ ਚਾਣਕਿਆ ਵਰਗੇ ਨੀਤੀਵਾਨ ਵਿਚਰਦੇ ਰਹੇ। ਇੱਕ ਬੜੀ ਪਿਆਰੀ ਇਹੀ ਕਾਰਨ ਹੈ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਵਸਫ ਸਿੱਖਾਂ 'ਚ ਸਾਂਝੇ ਕਰਨੇ ਪੈ ਰਹੇ ਨੇ। ਫਰਜ਼ ਤਾਂ ਇਹ ਬਣਦਾ ਸੀ ਅੱਜ ਹਰ ਸਿੱਖ ਗੈਰ ਸਿੱਖਾਂ ਦੇ 'ਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਸਫ ਦੀ ਸਿਫਤ ਦੀ ਗੱਲ ਕਰ ਰਿਹਾ ਹੁੰਦਾ। ਉਹਦਾ ਕਾਰਨ ਕੀ ਹੈ ਕਿ ਅਸੀਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰੂਹਾਨੀਅਤ ਅਤੇ ਅਨੁਭਵ ਦੇ ਵਿੱਚੋਂ ਜਿਹੜੀ ਅਕੈਡਮਿਕ ਅਤੇ ਸੋਲ ਪਰਸੈਪਸ਼ਨ ਹੁੰਦੀ ਉਹ ਰੂਪ ਪੈਦਾ ਨਹੀਂ ਕਰ ਸਕਿਆ। ਇਸੇ ਕਰਕੇ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ, ਇਹ ਗੁਰਦੇਵ ਪਾਤਸ਼ਾਹ ਮੇਰਾ ਦਿਲ ਕਰਦਾ ਤੇਰੀ ਤਸਵੀਰ ਬਣਾਵਾਂ, ਇੱਕ ਤਸਵੀਰ ਬਣਾ ਲਵਾਂ ਉਹ ਚੰਗੀ ਨਾ ਲੱਗੇ ਅਤੇ ਕਹਿ ਦੇਵਾਂ ਨਹੀਂ ਤੂੰ ਇੰਜ ਤਾਂ ਨਹੀਂ ਹੋ ਸਕਦਾ, ਫਿਰ ਤਸਵੀਰ ਬਣਾਵਾਂ ਫਿਰ ਵੇਖਾਂ ਅਤੇ ਕਹਾਂ ਨਹੀਂ ਤੂੰ ਇੰਜ ਦਾ ਵੀ ਨਹੀਂ ਹੋ ਸਕਦਾ, ਇੱਕ ਤਸਵੀਰ ਫਿਰ ਬਣਾਵਾਂ ਫਿਰ ਪਾਣੀ 'ਚ ਵਹਾ ਦੇਵਾਂ। ਅਤੇ ਕਹਿੰਦੇ ਉਹ ਤਸਵੀਰਾਂ ਬਣਾਉਂਦਿਆਂ ਬਣਾਉਂਦਿਆਂ ਜਦੋਂ ਮੈਂ ਆਤਮਿਕ ਉਸ ਦੇ ਉਸ ਕਮਲੇ ਪੰਚ ਪਹੁੰਚ ਜਾਵਾਂ ਕਿ ਲੋਕ ਕਹਿ ਦੇਣ ਕਿ ਤਸਵੀਰ ਨਹੀਂ ਬਣ ਸਕਦੀ ਤਾਂ ਕਿ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਨਹੀਂ ਬਣ ਸਕਦੀ। ਗੁਣ ਹੀ ਇੰਨੇ ਨੇ, ਰੰਗਾਂ ਦੇ ਵਿੱਚ ਨਹੀਂ ਭਰੇ ਜਾ ਸਕਦੇ। ਸੋ ਜਿਸ ਰੂਪ ਦੇ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲ ਅਵਸਥਾ ਦੇ ਵਿੱਚ ਜਿਹੜੇ ਕੌਤਕ ਕਰਦੇ ਨੇ ਉਹਨਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਸਮਝਣ ਦੀ ਲੋੜ ਹੈ। ਮਹਿਜ਼ ਬੜੀ ਛੋਟੀ ਅਵਸਥਾ ਅਤੇ ਹੱਥਾਂ ਦੇ ਵਿੱਚ ਕੰਗਣ, ਸੁੱਟੇ ਕਿੱਥੇ ਜਾਂਦੇ ਨੇ ਉਹ ਕੰਗਣ, ਜਿੱਥੇ ਕਲਿੰਗਾ ਦੇ ਜੰਗ ਤੋਂ ਬਾਅਦ ਅਸ਼ੋਕ ਨੇ ਤਲਵਾਰ ਸੁੱਟੀ ਸੀ। ਦਰਅਸਲ ਜਿੱਥੇ ਤਲਵਾਰ ਸੁੱਟੀ ਹੈ ਉੱਥੇ ਕੰਗਣ ਸੁੱਟੇ ਜਾ ਰਹੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਅੱਜ ਦੁਨੀਆ ਦੇ ਵਿੱਚ ਬੁੱਧ ਧਰਮ ਦਾ ਪ੍ਰਚਾਰ ਹੋਇਆ, ਪਰ ਜਿੱਥੇ ਬੁੱਧ ਧਰਮ ਦਾ ਜਨਮ ਹੋਇਆ ਉੱਥੇ ਖਤਮ ਹੈ। ਕਾਰਨ ਕੀ ਸੀ ਕਿ ਉਹਨਾਂ ਲੋਕਾਂ ਨੇ ਇਸ ਸਿਧਾਂਤ ਨੂੰ ਬਿਲਕੁਲ ਛੱਡ ਦਿੱਤਾ, ਖੇਤ ਵਾੜ ਜਿਉਂ ਢਿੰਗਰੀ, ਕਿੱਕਰ ਆਸ ਪਾਸ ਜਿਉਂ ਪਾਸੇ, ਸੱਪ ਪਲੀਤੇ ਚੰਨਣੇ, ਬੂਹੇ ਜਿੰਦਾ ਕੁੱਤਾ ਜਾਗੇ। ਮੀਰੀ ਅਤੇ ਪੀਰੀ ਦੀ ਵਿਚਾਰਧਾਰਾ ਉਹਨਾਂ ਦੇ ਕੋਲ ਨਹੀਂ ਸੀ। ਹੋਇਆ ਕਿ ਕੇਵਲ ਅਤੇ ਕੇਵਲ ਅਧਿਆਤਮਿਕ ਦ੍ਰਿਸ਼ਟਾਂਤਾਂ ਦੇ ਵਿੱਚ ਫਲਸਫੇ ਨੂੰ ਜਨਮ ਦੇਣਾ ਬੁੱਧ ਧਰਮ ਹਿੰਦੁਸਤਾਨ ਦੇ ਵਿੱਚ ਖਤਮ ਹੋਇਆ ਅਤੇ ਭਲਿਆ ਉੱਥੇ ਜਿੱਥੇ ਜਿੰਗ ਡਨੈਸਟੀ ਦੇ ਲੋਕਾਂ ਨੇ ਆਪਣੇ ਆਪ ਨੂੰ ਬੀਰ ਰਸਤੇ ਵਿੱਚ ਟਾਲਿਆ। ਹੁਣ ਕੰਗਣ ਜਿਹੜਾ ਹੈ ਮਟੀਰੀਅਲਿਜ਼ਮ ਹੈ ਅਤੇ ਗੁਰਦੇਵ ਪਾਤਸ਼ਾਹ ਉੱਥੇ ਸੁੱਟਦੇ ਨੇ ਜਿੱਥੇ ਨਦੀ ਦੇ ਵਿੱਚ ਜਿਸ ਪਾਣੀ ਦੇ ਵਿੱਚ ਅਸ਼ੋਕ ਨੇ ਤਲਵਾਰ ਸੁੱਟ ਦਿੱਤੀ ਸੀ। ਸੋ ਜਿੱਥੇ ਗੁਲਾਮੀ ਦਾ ਆਰੰਭ ਹੋਇਆ ਗੁਰਦੇਵ ਪਾਤਸ਼ਾਹ ਉੱਥੋਂ ਆਜ਼ਾਦੀ ਦੀ ਗੱਲ ਸ਼ੁਰੂ ਕਰ ਰਹੇ ਨੇ। ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਤੁਸੀਂ ਲੜਨ ਦੇ ਕਾਬਲ ਨਹੀਂ ਰਹੇ, ਹੱਥਾਂ 'ਚ ਚੂੜੀਆਂ ਪਾ ਲਓ। ਜਿੱਥੇ ਹਿੰਦੁਸਤਾਨ ਦੀ ਸੰਸਕ੍ਰਿਤੀ ਲੜਨ ਦੇ ਕਾਬਲ ਨਾ ਰਹੀ, ਜਿੱਥੇ ਤਲਵਾਰਾਂ ਸੁੱਟੀਆਂ ਗਈਆਂ ਉੱਥੇ ਹੱਥਾਂ 'ਤੇ ਕੰਗਣ ਸੁੱਟੇ ਗਏ ਨੇ, ਕਿਉਂਕਿ ਹੁਣ ਕੰਗਣ ਦੀ ਨਹੀਂ ਤਲਵਾਰ ਦੀ ਲੋੜ ਹੈ। ਉਸ ਤੋਂ ਬਾਅਦ ਹੈ ਕਿ ਉਸ ਸਮੇਂ ਦੇ ਹਾਕਮ ਦੇ ਸਾਹਮਣੇ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਾਲ ਅਵਸਥਾ 'ਚ ਨਜ਼ਰੀਆ ਕੀ ਹੈ ਅਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਵਾਬ ਕੀ ਹੈ, ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਉਸ ਵੇਲੇ ਅਸਾਮ ਦੇ ਇਲਾਕੇ ਦੇ ਵਿੱਚ ਅਤੇ ਪਾਤਸ਼ਾਹ ਨੂੰ ਇੱਕ ਸੁਨੇਹਾ ਪਹੁੰਚਿਆ, ਮਾਮਾ ਕਿਰਪਾਲ ਚੰਦ ਗਏ ਨੇ ਦਰਗਾਹੀ ਮਲ 'ਚ ਗਏ ਨੇ। ਉਸ ਸੁਨੇਹੇ ਦੇ ਵਿੱਚ ਇੱਕ ਉਲਾਮਾ ਹੈ, ਦੋ ਭਰਾ ਨੇ ਉਸ ਵੇਲੇ ਪਟਨੇ ਦੇ ਹਾਕਮ ਰਹੀਮ ਬਖਸ਼ ਔਰ ਕਰੀਮ ਬਖਸ਼। ਰਹੀਮ ਬਖਸ਼ ਬੜਾ ਸ਼ਰਧਾਲੂ ਹੈ ਗੁਰੂ ਘਰ ਦਾ,
ਪਰ ਸ਼ਹਿਰ ਦਾ ਹੁਕਮਰਾਨ ਹੋਣ ਕਰਕੇ ਉਸਦੇ ਛੋਟੇ ਭਰਾ ਕਰੀਮ ਬਖਸ਼ ਦੇ ਮਨ 'ਚ ਥੋੜ੍ਹੀ ਹਉਮੈ ਹੈ ਕਿ ਮੈਂ ਇਸ ਸ਼ਹਿਰ ਦਾ ਹਾਕਮ ਹਾਂ, ਮਨਸਬਦਾਰ ਹਾਂ। ਖਬਰ ਕੀ, ਉਲਾਮਾ ਕੀ ਕਿ ਗੋਬਿੰਦ ਰਾਏ ਸ਼ਹਿਜ਼ਾਦਾ ਬੜੀ ਛੋਟੀ ਅਵਸਥਾ ਦੇ ਵਿੱਚ, ਜਦੋਂ ਕਰੀਮ ਬਖਸ਼ ਦੀ ਪਾਲਕੀ ਲੰਘਦੀ ਹੈ, ਫਰਸ਼ੀ ਸਲਾਮ ਨਹੀਂ ਕਰਦਾ। ਇਸਲਾਮ ਦੀ ਰਾਜ ਪ੍ਰਣਾਲੀ ਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਬਾਦਸ਼ਾਹ ਦੀ ਸਵਾਰੀ ਲੰਘ ਰਹੀ ਹੋਵੇ, ਪਰਜਾ ਦੇ ਵਿੱਚੋਂ ਕੋਈ ਵੀ ਬਸ਼ਿੰਦਾ ਜਿਹੜਾ ਖੜ੍ਹਾ ਹੋਵੇ, ਉਸਨੇ 7 ਫਰਸ਼ੀ ਸਲਾਮ ਕਰਨੇ ਹੁੰਦੇ, ਜ਼ਮੀਨ ਨੂੰ ਹੱਥ ਲਾ ਕੇ ਲਾਉਣਾ ਹੁੰਦਾ, ਫਰਸ਼ੀ ਸਲਾਮ। ਸ਼ਿਕਾਇਤ ਇਹ ਹੈ ਕਿ ਗੋਬਿੰਦ ਫਰਸ਼ੀ ਸਲਾਮ ਨਹੀਂ ਕਰਦਾ। ਆਪ ਤਾਂ ਨਹੀਂ ਕਰਦਾ, ਕੋਈ ਗੱਲ ਨਹੀਂ, ਅਸੀਂ ਗੁਰੂ ਘਰ ਦੇ ਸ਼ਰਧਾਲੂ ਹਾਂ, ਪਰ ਇੰਨੀ ਛੋਟੀ ਅਵਸਥਾ ਦੇ ਵਿੱਚ ਹਰਕਤਾਂ ਬਾਗੀਆਨਾਂ ਨੇ ਕਿ ਕੁਝ ਹੋਰ ਬੱਚਿਆਂ ਨੂੰ ਵੀ ਵਿਗਾੜ ਦਿੱਤਾ ਸਲਾਮ, ਉਹ ਵੀ ਨਹੀਂ ਕਰਦੇ। ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦੇ ਹਾਂ, ਸਾਡੇ ਸਾਹਮਣੇ ਇੱਕ ਗੱਲ ਆ ਜਾਂਦੀ, ਤਿਆਗ ਦੀ ਮੂਰਤ, ਨਿਰਮਾਣਤਾ ਦੀ ਮੂਰਤ, ਸ਼ਹਾਦਤ ਦੇ ਪੁੰਜ, ਇਹ ਬੜੀਆਂ ਤਸ਼ਬੀਹਾਂ ਸਾਡੇ ਸਾਹਮਣੇ ਆਉਂਦੀਆਂ ਨੇ। ਪਰ ਅਸੀਂ ਇੱਕ ਗੱਲ ਭੁੱਲ ਜਾਂਦੇ ਹਾਂ ਕਿ ਉਹੀ ਗੁਰਦੇਵ ਪਾਤਸ਼ਾਹ ਇਹ ਵੀ ਕਹਿੰਦੇ ਨੇ, ਭੈ ਕਾਹੂ ਕੋ ਦੇਤ ਨਹਿ ਨਹਿ ਪੈਮਾਨਤ ਆਨ, ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ। ਹੁਣ ਗੁਰਦੇਵ ਪਾਤਸ਼ਾਹ ਨੇ ਜਿਹੜਾ ਸੁਨੇਹਾ ਦਰਗਾਹੀ ਮਾਲ ਜੀ ਨੂੰ ਅਤੇ ਮਾਮਾ ਕਿਰਪਾਲ ਚੰਦ ਨੂੰ ਦਿੱਤਾ, ਉਹਨੂੰ ਸਮਝਿਓ। ਸ਼ਿਕਾਇਤ ਹੈ ਸ਼ਹਿਜ਼ਾਦੇ ਦੀ ਕਿ ਹਕੂਮਤ ਦਾ ਜਿਹੜਾ ਫੌਜਦਾਰ ਹੈ, ਉਸਨੂੰ ਫਰਸ਼ੀ ਸਲਾਮ ਨਹੀਂ ਕਰਦਾ। ਗੁਰਦੇਵ ਪਾਤਸ਼ਾਹ ਦਾ ਜਵਾਬ, ਗੋਬਿੰਦ ਜੋ ਕੀਆ ਭਲਾ ਕੀਆ, ਕਿਸੇ ਨਵਾਬ ਕੋ ਸਲਾਮ ਨਹੀਂ ਕਰਨਾ। ਇਹ ਸ਼ਬਦ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ, ਗੋਬਿੰਦ ਜੋ ਕੀਆ ਭਲਾ ਕੀਆ, ਕਿਸੇ ਦੁਨਿਆਵੀ ਨਵਾਬ ਕੋ ਸਲਾਮ ਨਹੀਂ ਕਰਨਾ। ਹੁਣ ਅਗਲੀ ਗੱਲ ਹੈ ਕਿ ਜਦੋਂ ਪਿਤਾ ਇਹ ਗੱਲ ਕਵੇਗਾ, ਹੋ ਸਕਦਾ ਹੈ ਨਵਾਬ ਜਾਂ ਉਸਦੇ ਅਹਿਲਕਾਰ ਉਲਾਮਾ ਲੈ ਕੇ ਘਰ ਵੀ ਆ ਜਾਣ। ਅਗਲੀ ਲਾਈਨ ਬੜੀ ਪਿਆਰੀ ਹੈ, ਜੇ ਘਰ ਆਏ ਹੀ ਬੈਠੇ, ਪਾਂਵ ਦੀ ਦੇਣੀ ਸਿਰਾਂਦੀ ਨਾ ਦੇਣੀ। ਜੇ ਕਿਤੇ ਨਵਾਬ ਜਾਂ ਉਸਦਾ ਕੋਈ ਅਹਿਲਕਾਰ ਮੇਰੇ ਸ਼ਹਿਜ਼ਾਦੇ ਗੋਬਿੰਦ ਰਾਏ ਦਾ ਉਲਾਮਾ ਲੈ ਕੇ ਘਰ ਆਵੇ ਤੇ ਉਹਨੂੰ ਮੇਰੇ ਪੁੱਤ ਦੇ ਮੰਜੇ ਤੇ ਪੈਮ ਪਾਂਵ ਦੀ ਪੈਰਾਂ ਵਾਲੇ ਪਾਸੇ ਬਿਠਾਇਓ, ਵੇਖਿਓ ਕਿਤੇ ਸਿਰ ਵਾਲੇ ਪਾਸੇ ਨਾ ਬਿਠਾ ਦਿਓ, ਮਤਾ ਕਿਤੇ ਜਿਹੜੀ ਪੀਰੀ ਹੈ ਉਹ ਮੀਰੀ ਦੇ ਸਾਹਮਣੇ ਚੁੱਕ ਜਾਵੇ। ਇਹ ਗੱਲ ਬੜੀ ਅਹਿਮ ਹੈ ਕਿ ਜੇਕਰ ਆਏ ਹੀ ਬੈਠੇ, ਪਾਂਵ ਦੀ ਦੇਣੀ ਸਿਰਾਂ ਦੀ ਨਾ ਦੇਣੀ। ਹੁਣ ਨੰਦ ਲਾਲ ਅਗਲੀ ਗੱਲ ਬੜੀ ਪਿਆਰੀ ਕਰਦੇ ਨੇ, ਕਹਿੰਦੇ ਨੇ ਕਿ ਹੱਕ ਰਾਹ ਗੰਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਨੂਰ ਇਸਲਾਮ ਦੇ ਵਿੱਚ ਦੋ ਫਿਰਕੇ ਨੇ ਬੜੇ ਅਹਿਮ, 72 ਸਿਲਸਿਲਿਆਂ ਦੇ ਵਿੱਚੋਂ ਨਿਜ਼ਾਮੀ ਔਰ ਸਾਬਰੀ, ਉੱਪਰੋਂ ਇਹ ਬਿਲਕੁਲ ਇੱਕ ਨੇ। ਜੇ ਤੁਸੀਂ 11ਵੀਂ 12ਵੀਂ ਸਦੀ 'ਚ ਜਾਣਾ ਹੋਵੇ ਤਾਂ ਸਭ ਤੋਂ ਪਹਿਲੇ ਬਦੀਉਦੀਨ, ਫਿਰ ਮਹੀਉਦੀਨ, ਫਿਰ ਸੈਯਦ ਜਲਾਲੂਦੀਨ। ਇਹ ਜਿਹੜੇ ਸੈਯਦ ਖਾਨਦਾਨ ਨੇ, ਇਹ ਸੱਲੱਲਾਹੁ ਅਲੈਹਿ ਵਸੱਲਮ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਦੇ ਪਰਿਵਾਰ ਦੇ ਵਿੱਚੋਂ ਗਿਣੇ ਜਾਂਦੇ ਨੇ। ਇਸਲਾਮ ਦੇ ਵਿੱਚ ਇਹਨਾਂ ਦਾ ਬੜਾ ਸਤਿਕਾਰ ਹੈ। ਸੋ ਚੱਲਦੇ ਚੱਲਦੇ ਅੱਗੇ ਖਵਾਜ਼ਾ ਬਖਤਿਆਰ ਕਾਕੀ, ਹਜ਼ਰਤ ਨਿਜ਼ਾਮੂਦੀਨ ਔਲੀਆ, ਹੋਰ ਅੱਗੋਂ ਉਹਨਾਂ ਦੀ 8ਵੀਂ ਪੀੜ੍ਹੀ ਆ ਜਾਂਦੀ ਹੈ, ਅਤੇ ਮੌਲਵੀ ਮੁਹੰਮਦ ਯੂਸਫ ਰਜ਼ਾ ਜਿਹੜੇ ਕਿ ਸਾਬਰੀ ਸਕੂਲ ਆਫ ਥਾਟ ਦੇ ਮੁਖੀ ਨੇ ਉਸ ਵੇਲੇ। ਦੂਜੇ ਪਾਸੇ ਸੈਯਦ ਗੁਲਾਮੂਦੀਨ ਜਿਹੜੇ ਨਿਜ਼ਾਮੀ ਸਕੂਲ ਆਫ ਥਾਟ ਦੇ ਵਿੱਚ ਨੇ, ਹੈ ਦੋਵੇਂ ਸੈਯਦ ਖਾਨਦਾਨ। ਹੁਣ ਜਿਸ ਵੇਲੇ ਸ਼ਾਹ ਪੀਕ ਮੌਲਵੀ ਮੁਹੰਮਦ ਯੂਸਫ ਰਜ਼ਾ ਦੇ ਬੇਟੇ, ਮਾਂ ਦਾ ਨਾਮ ਮਲਕਾ, ਅੱਜ ਇੱਕ ਵੱਖਰੀ ਖੇਡ ਵਾਪਰੀ ਹੈ ਕਿ ਨਮਾਜ਼ ਪੱਛਮ ਨੂੰ ਮੂੰਹ ਕਰਕੇ ਅਦਾ ਨਹੀਂ ਕੀਤੀ, ਅਤੇ ਜਿਹੜੇ ਨਾਲ ਦੇ ਉਹ ਸਕੂਲ ਆਫ ਥਾਟ ਦੇ ਵਿਦਿਆਰਥੀ ਅਤੇ ਸਾਥੀ ਇੱਕ ਗੱਲ ਕਰਦੇ ਨੇ, ਪੀਰ ਜੀ 40 ਦਿਨ ਤੋਂ ਬੰਦਗੀ ਦੇ ਵਿੱਚ ਸੀ, ਕੀ ਗੱਲ ਬੰਦਗੀ ਕਰਦਿਆਂ ਦਿਮਾਗ 'ਚ ਕੋਈ ਫਰਕ ਤਾਂ ਨਹੀਂ ਪੈ ਗਿਆ, ਅੱਜ ਖੁਦਾ ਦੇ ਘਰ ਵੱਲ ਮੂੰਹ ਕਰਕੇ ਨਮਾਜ਼ ਨਹੀਂ ਪੜ੍ਹੀ। ਅਤੇ ਬੜਾ ਪਿਆਰਾ ਜਵਾਬ ਦਿੱਤਾ ਹੈ ਸ਼ਾਹ ਭੀਖ ਜੀ ਨੇ, ਜਿਨ੍ਹਾਂ ਨੂੰ ਅਸੀਂ ਭੀਖਣ ਸ਼ਾਹ ਆਖਦੇ ਹਾਂ। ਕਹਿੰਦੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ,
अहमियत खुदा दी है या खुदा दे घर दी? चुप ने जवाब मिलिया खुदा दी। ते कहिंदे जे खुदा पूर्ब वाल बैठा होवे ते मैं इमारत दा ध्यान धरां कि खुदा दा? जवाब मिलिया खुदा दा। कहिंदे बस फिर खुदा दा नूर पटने च प्रगट होया। हुण गुरदेव पातशाह नूं असीं उन्हां दे प्रगट होण नूं नूर दे रूप च समझ सकदे हां। ਉਹ ਨੂਰ ਵੀ ਕਿਵੇਂ ਦਾ ਹੈ? ਹੱਕ ਰਾਹ ਗੰਜ਼ੂਰ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਉਹ ਨੂਰ ਵੀ ਇਵੇਂ ਦਾ ਹੈ, ਸਾਰੇ ਨੂਰ ਇੱਕ ਜਗ੍ਹਾ 'ਤੇ ਇਕੱਠੇ ਕਰ ਦੇਣ 'ਤੇ ਜਾਣ 'ਤੇ ਉਹ ਨੂਰ ਜਿਹੜਾ ਉਹਦੇ ਤੋਂ ਵੀ ਉੱਪਰ ਹੈ। ਉੱਥੇ ਪਹੁੰਚੇ, ਰਸਤੇ ਦੇ 'ਚ ਕਨੋਜ ਦਾ ਮਕਬਰਾ ਹੈ, ਉੱਥੇ ਰੁਕੇ ਸ਼ਾਹ ਪੀਕ। ਅਤੇ ਉਸ ਵੇਲੇ ਕਨੋਜ਼ ਦੇ ਮਕਬਰੇ ਦਾ ਮਜ਼ਾਵਰ ਹੈ ਮਦਾਰ ਸ਼ਾਹ। ਸਵਾਲ ਕਰਦਾ, ਪੀਰ ਜੀ ਇੱਧਰ ਕਿੱਧਰ ਦਰਸ਼ਨ ਦਿੱਤੇ ਤੁਸੀਂ? ਕਹਿੰਦੇ, ਖੁਦਾ ਦੀ ਜ਼ਿਆਰਤ ਦੇ ਵਾਸਤੇ ਜ਼ਿਆਰੀਨ ਬਣ ਕੇ ਜਾ ਰਿਹਾ। ਪੀਰ ਜੀ ਕਿਵੇਂ ਦੀ ਗੱਲ ਕਰ ਰਹੇ ਹੋ? ਮੁਸਲਮਾਨ ਤਾਂ ਜਦੋਂ ਨਮਾਜ਼ ਦੇ ਵਕਤ, ਚਾਹੇ ਨਮਾਜ਼ੇ ਫਜ਼ਰ ਹੋਵੇ ਚਾਹੇ ਨਮਾਜ਼ੇ ਇਸ਼ਾ ਹੋਵੇ, ਜਦੋਂ ਸਿਜਦੇ ਦੇ ਵਿੱਚ ਝੁੱਕ ਜਾਂਦਾ ਹੈ ਤਾਂ ਖੁਦਾ ਦੇ ਦੀਦਾਰ ਉੱਥੇ ਕਰ ਲੈਂਦਾ ਹੈ। ਤੁਸੀਂ ਇਸ ਪਟਨੇ ਵਾਲੇ ਪਾਸੇ ਖੁਦਾ ਦੇ ਦੀਦਾਰ ਕਰਨ ਆਏ ਹੋ? ਕਹਿੰਦੇ, ਹਾਂ, ਖੁਦਾ ਦਾ ਰੂਪ ਉੱਥੇ ਪ੍ਰਗਟ ਹੋਇਆ। ਮਦਾਰ ਸ਼ਾਹ ਹੱਸ ਪਿਆ, ਕਹਿੰਦਾ, ਬਜ਼ੁਰਗੀ ਦੀ ਅਵਸਥਾ ਹੈ, ਸ਼ਾਇਦ ਮਾਨਸਿਕ ਅਵਸਥਾ ਠੀਕ ਨਹੀਂ ਰਹੀ। ਪੀਰ ਜੀ ਨੇ ਉੱਥੇ ਤੱਕ ਗੁਰਦੇਵ ਪਾਤਸ਼ਾਹ ਦੇ ਦੀਦਾਰ ਕੀਤੇ ਅਤੇ ਵਾਪਸ ਆ ਗਏ। ਗੁਰੂ ਤੇਗ ਬਹਾਦਰ ਸਾਹਿਬ ਵਾਪਸ ਪੰਜਾਬ ਆਏ ਅਤੇ ਕੁਝ ਸਮੇਂ ਦੇ ਬਾਅਦ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵਾਪਸ ਆਏ। ਲਖਨੌਰ ਦੇ ਵਿੱਚ ਇੱਕ ਬੜੇ ਮਸ਼ਹੂਰ ਸੈਯਦ ਫਕੀਰ ਹੋਏ ਨੇ, ਆਰਫ ਦੀਨ। ਹੁਣ ਗੁਰਦੇਵ ਪਾਤਸ਼ਾਹ ਦੀ ਆਜ਼ੂ ਬੜੀ ਛੋਟੀ ਹੈ। ਹੁਣ ਆਰਫ ਦੀਨ ਜਿਹੜੇ ਨੇ ਉਹ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਨੇ, ਸੈਯਦ ਖਾਨਦਾਨ ਦੇ ਵਿੱਚੋਂ ਪਾਲਕੀ ਦੇ ਵਿੱਚ ਲੰਘ ਰਹੇ ਨੇ। ਅਤੇ ਲਖਨੌਰ ਦੇ ਕੋਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ 5-7 ਸਾਲ ਦੇ ਹਾਣੀਆਂ ਦੇ ਨਾਲ ਲੰਘ ਰਹੇ ਨੇ। ਪਤਾ ਨਹੀਂ ਪੀਰ ਜੀ ਦੇ ਮਨ 'ਚ ਕੀ ਆਇਆ, ਪੀਰ ਜੀ ਨੇ ਆਪਣੀ ਪਾਲਕੀ ਦਾ ਪਰਦਾ ਚੁੱਕਿਆ ਅਤੇ ਓਨੀ ਛੋਟੀ ਅਵਸਥਾ ਦੇ ਵਿੱਚ ਗੁਰਦੇਵ ਪਾਤਸ਼ਾਹ ਪੀਰ ਜੀ ਨੂੰ ਤੱਕ ਕੇ ਕਹਿੰਦੇ ਨੇ, ਕਹਿੰਦੇ, ਪੀਰ ਜੀ ਅਜੇ ਮਿਲਿਆ ਨਹੀਂ। ਬੜੀ ਅਜੀਬ ਗੱਲ ਆ। ਪੀਰ ਜੀ ਨੇ ਪਾਲਕੀ ਰੋਕੀ, ਜੋੜੇ ਉਤਾਰੇ ਅਤੇ 7 ਸਾਲ ਦੀ ਆਜੂ ਵਿੱਚ ਗੁਰਦੇਵ ਪਾਤਸ਼ਾਹ ਦੇ ਹੱਥ ਫੜ ਕੇ ਚੁੰਮ ਲਏ। ਕਹਿੰਦੇ, ਅੱਗੇ ਨਹੀਂ ਸੀ ਮਿਲਿਆ, ਅੱਜ ਮਿਲ ਗਿਆ। ਚੇਲੇ ਬੜੇ ਹੈਰਾਨ ਨੇ। ਬੜੀ ਅਜੀਬ ਗੱਲ ਹੈ, ਕਿਉਂਕਿ ਨੂਰ ਨੂਰ ਨੂੰ ਪਛਾਣ ਰਿਹਾ। ਅਸੀਂ ਸਰੀਰ 'ਚੋਂ ਲੱਭ ਰਹੇ ਹਾਂ, ਅਸੀਂ ਤਸਵੀਰ 'ਚੋਂ ਲੱਭ ਰਹੇ ਹਾਂ, ਉੱਥੇ ਗੱਲ ਕੇਵਲ ਨੂਰ ਦੀ ਹੈ। ਅੱਗੇ ਨਹੀਂ ਸੀ ਮਿਲਿਆ, ਅੱਜ ਮਿਲ ਗਿਆ। ਅਤੇ ਪੀਰ ਜੀ ਦੇ ਚੇਲੇ ਪੁੱਛਦੇ ਨੇ, ਕਹਿੰਦੇ, ਤੁਸੀਂ ਜੋੜੇ ਉਤਾਰੇ, ਇੰਨੀ ਛੋਟੀ ਬਾਲ ਅਵਸਥਾ ਦੇ ਵਿੱਚ ਇੱਕ ਬੱਚੇ ਦੇ ਹੱਥਾਂ ਦਾ ਬੋਸਾ ਲਿਆ, ਉਹਨਾਂ ਨੂੰ ਚੁੰਮਿਆ ਅਤੇ ਨਾਲ ਹੀ ਨਤਮਸਤਕ ਹੋ ਗਏ? ਕਹਿੰਦੇ, ਸਰੀਰ ਦੇ ਅੱਗੇ ਨਹੀਂ ਹੋਇਆ, ਨੂਰ ਦੇ ਅੱਗੇ ਹੋਇਆ। ਮੈਂ ਸਰੀਰ ਦੇ ਅੱਗੇ ਨਹੀਂ ਚੁੱਕਿਆ, ਮੈਂ ਨੂਰ ਦੇ ਅੱਗੇ ਚੁੱਕਿਆ। ਗੁਰਦੇਵ ਪਾਤਸ਼ਾਹ ਆ ਗਏ ਅਨੰਦਪੁਰ ਸਾਹਿਬ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਅਸੀਂ ਸਾਰੇ ਜਾਣਦੇ ਹਾਂ, ਕਿਸ ਤਰ੍ਹਾਂ ਹੋਈ, ਕਿਸ ਕਰਕੇ ਹੋਈ, ਕਾਰਨ ਕੀ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਬਾਰੇ, ਉਹਨਾਂ ਦੀ ਸ਼ਖਸੀਅਤ ਦੇ ਬਾਰੇ ਨੰਦ ਲਾਲ ਆਪਣੀ ਇੱਕ ਬੜੀ ਪਿਆਰੀ ਰਚਨਾ ਦੇ ਵਿੱਚ ਇੱਕ ਸ਼ੇਰ ਬੜਾ ਪਿਆਰਾ ਕਹਿ ਦਿੰਦੇ ਨੇ। ਕਹਿੰਦੇ ਨੇ, ਤੇਗ ਬਹਾਦਰ ਰਾਹ ਸਰਾਪਾ ਅਫਜ਼ਾਲ, ਜ਼ੀਨਤ ਅਰਾਏ ਮਹਿਫਿਲ ਜ਼ਾਹੋ ਜ਼ਲਾਲ। ਕਿਸੇ ਮੁਸਲਮਾਨ ਵੀਰ ਨੂੰ ਪੁੱਛੀਏ, ਵੀਰ ਜੀ ਕੀ ਹਾਲ ਹੈ? ਕਹਿੰਦੇ, ਖੁਦਾ ਦਾ ਫਜ਼ਲ ਹੈ। ਫਜ਼ਲ ਦਾ ਮਤਲਬ ਮਿਹਰ ਹੈ, ਰਹਿਮਤ ਹੈ, ਕਰਮ ਹੈ, ਬਖਸ਼ਿਸ਼ ਹੈ। ਉਹ ਕਹਿੰਦੇ, ਤੇਗ ਬਹਾਦਰ ਰਾਹ ਸਰਾਪਾ ਅਫਜ਼ਾਲ, ਦੁਨੀਆਂ ਦੀਆਂ ਸਾਰੀਆਂ ਬਖਸ਼ਿਸ਼ਾਂ ਇੱਕ ਜਗ੍ਹਾ 'ਤੇ ਇਕੱਠੀਆਂ ਕਰ ਦਿੱਤੀਆਂ ਜਾਣ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਰੂਹ ਦੀ ਰਹਿਮਤ ਹੈ ਉਹ ਤੋਂ ਕਿਤੇ ਉਚੇਰੀ ਹੈ। ਜ਼ੀਨਤ ਅਰਾਏ ਮਹਿਫਿਲ ਜ਼ਾਹੋ ਜ਼ਲਾ। ਪਰ ਉਹਨਾਂ ਦੇ ਕੋਲ ਗਿਆਨ ਵੀ ਇੰਨਾ ਹੈ ਕਿ ਉਹਨਾਂ ਦੇ ਗਿਆਨ ਦੇ ਸਾਹਮਣੇ ਕੋਈ ਵੀ ਇਨਸਾਨ ਗੱਲ ਨਹੀਂ ਕਰ ਸਕਦਾ। ਸ਼ਹਾਦਤ ਹੋਈ, ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਤਾ ਗੱਦੀ ਦੇ ਉੱਪਰ ਬੈਠੇ ਨੇ। ਲਖਨੌਰ ਦੂਸਰੀ ਵਾਰ ਫਿਰ ਇੱਕ ਬੜੀ ਪਿਆਰੀ ਘਟਨਾ। ਬੈਠੇ ਨੇ,
सामने एक पालकी आके रुकी। पालकी दे विच्चों एक फकीर फिर उतरे ने जोड़ा उतार दिता। ज़ियारत कर दिया गए नतमस्तक होके गुरदेव पातशाह ने एक सवाल किया है, खुदा किवें मिले? तीन शब्द, खुदा किवें मिले? ते पीर जी दे चेले बड़े हैरान ने कि 17 साल की आयु दे विच एक नौजवान शाही ठाठ पाठ के नाल तखत ते बैठा है ते साढ़े ये पीर जी, ये तो औरंगजेब के दरबार दे विच जाण ते औरंगजेब तखत तो उठ के इन्हां दा इस्तकबाल करन वास्ते आउंदा है ते पीर जी आप जोड़ा उतार के जा रहे ने। बड़ी अजीब गल है। पीर जी का सवाल है गुरदेव पातशाह दे अगे, खुदा किवें मिले? तो बड़े वजद दे विच, बड़े आनंद दे विच, बड़े प्यार दे विच गुरदेव पातशाह मुस्कुरा के कहिंदे ने, जिवें दिन ते रात। मुस्कुरा पए पीर जी, पातशाह किवें दा जवाब दिता? दिन ते रात दा कदी मिलाप नहीं हुंदा। जे दिन है ते रात नहीं, रात है ते दिन नहीं। ते पातशाह कहिंदे ने, यही तां तेरे सवाल दा जवाब है फकीर जी, जिथे मैं है जिथे तू है उथे मैं नहीं, जिथे अग्ञान दा हनेरा है उथे ज्ञान दा प्रकाश नहीं, ते जिथे ज्ञान दा प्रकाश है उथे अग्ञान दा हनेरा नहीं। अगला एक बड़ा प्यारा सवाल पीर जी करते हैं, कहिंदे ये तां समझ लग गई कि मैं की ते तू की, पर हुण विचकार की है? निशाना तो हुंदा ना अभेद होना कि परमात्मा दे विच मिलिया जावे। गुरबाणी दे विच बड़ी जगह ते असीं पढ़दे कित बिद मिलिए, किवें मिलिया जावे। कहिंदे फिर विचकार की है? पीर जी फारसी दे उस्ताद ने ते 17 साल की उम्र दे विच गुरु गोबिंद सिंह महाराज जिहड़े उदों गोबिंद राय ने बड़े प्यार दे नाल इक शेर दे विच समझा दिंदे ने। इस शेर दे विच 7 शब्द फारसी दे ने। खुदा कहा जाता है परमात्मा नू, खुद कहा जाता अपने आप नू, खुदी कहा जाता होमे नू, खादम कहा जाता नौकर नू, खिदमत कहा जाता सेवा नू, मखदूम कहा जाता है मालक नू, मरहूम कहा जाता है मौत नू। कहिंदे ने पीर जी, खिदमत करदम ऊ खुदी रहा, उस खुदा की खिदमत करदिया खाद मोह मखदूम शुद्ध। अपने आप नू इन्ना मिटा दो कि खुदा तुहानू नौकर तो मालक बना देवे। पर एक ख्याल करियो कि खिदमत करदम ऊ खुदी रहा, जे किते खिदमत करदिया खुदी होमे आ गई फिर मखदूमो मरहूम शुद्ध, फिर मलकीयत नहीं फिर आत्मक मौत है। और दरअसल समस्या साड़ी भी इत्थे टिकी है कि खिदमत भी करते हैं तो खुदी भी नहीं छड़दे। गुरु घर भी आने तो ये भी चाहते हैं कि हर चीज़ के उपर मेरा नाम होवे, खिदमत भी है तो खुदी भी है। ये कभी भी मखदूम की अवस्था च नहीं पहुँचा जा सकता। ये गल गुरदेव पातशाह पीर जी को कह रहे हैं। हुण नंद लाल आ गए गुरदेव पातशाह के दरबार के विच। किवें आए? तुसी सारे जानते हो मुल्तान के रहण वाले छज्जू मल जी के सपुत्र से। औरंगजेब के बेटे शहजादा मुअज़्ज़म ते उसकी बेटी ज़ेबुल ने सानू फारसी और अरबी पढ़ाया करते सी। गुरदेव पातशाह गुरु गोबिंद सिंह महाराज के दरबार के विच पहुंचे, सेवा मिल गई लंगर के विच। हुण पहले दिन ते यह महसूस होया इन्ना वड्डा आलम फाजल, इन्ना फारसी और अरबी का विद्वान लंगर के विच सेवा। पर सेवा करद्या 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 इस अगम्मी आनंद के विच पहुंचे कि उस सेवा के विच भी आनंद है। एक दिन कलगीधर पातशाह गुरु गोबिंद सिंह महाराज का दरबार लगा होया। अक्सर मनुख का सुभा है कि असी अपने किते काम की सिफत करते भी हाँ तो सुननी भी चाहते हाँ। बैठे सिख गुरदेव पातशाह गुरु गोबिंद सिंह महाराज नूं कह रहे ने, पातशाह मेरा लंगर बड़ा सोहना है, जिवें दी सेवा मेरे लंगर दे विच हुंदी होर किसी लंगर च नहीं हुंदी। सारे सिख बैठे जिन्ने भी लंगरां दे मुखी ने अपने अपने लंगर की सिफत कर रहे ने। नंद लाल चुप ने। ते कुछ दिन बाद कलगीधर पातशाह गुरु गोबिंद सिंह महाराज अपना शाही लिबास उतारिया
ਅੱਧੀ ਕੁ ਰਾਤ ਨੂੰ ਬੜੇ ਸਾਦੇ ਜਿਹੇ ਕੱਪੜੇ ਪਾ ਕੇ ਤੇ ਇੱਕ ਚਾਦਰ ਦੇ ਨਾਲ ਮੂੰਹ ਢੱਕ ਕੇ ਲੰਗਰ ਪਹਿਲੇ 'ਚ ਚਲੇ ਗਏ। ਜਾ ਕੇ ਉਸ ਲੰਗਰ ਦੇ ਮੁਖੀ ਨੂੰ ਕਹਿੰਦੇ ਨੇ, ਭੁੱਖਾ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਇਆ, ਮੈਨੂੰ ਲੰਗਰ ਛਕਾ ਦਿਓ। ਜਵਾਬ ਹੈ, ਹੁਣ ਤਾਂ ਲੰਗਰ ਖਤਮ ਹੋ ਚੁੱਕਾ ਰਾਤ ਦਾ, ਕੁਛ ਚਿਰ ਆਰਾਮ ਕਰੋ, ਵਿਸ਼ਰਾਮ ਕਰੋ, ਦਿਨ ਚੜ੍ਹੇਗਾ, ਸਵੇਰੇ ਅੰਮ੍ਰਿਤ ਵੇਲੇ ਤੋਂ ਬਾਅਦ ਅਸੀਂ ਅਰਦਾਸ ਕਰਾਂਗੇ ਅਤੇ ਲੰਗਰ ਛਕ ਸਕਦੇ ਹੋ। ਉੱਠੇ, ਅਗਲੇ ਲੰਗਰ ਚਲੇ ਗਏ। ਜਵਾਬ ਬਿਲਕੁਲ ਇਵੇਂ ਦਾ ਹੈ ਕਿ ਹੁਣ ਰਾਤ ਦਾ ਲੰਗਰ ਤਾਂ ਖਤਮ ਹੋ ਚੁੱਕਾ ਹੈ, ਸਵੇਰੇ ਅਸੀਂ ਲੰਗਰ ਤਿਆਰ ਕਰਾਂਗੇ ਅਤੇ ਤੁਹਾਨੂੰ ਛਕਾ ਸਕਦੇ ਹਾਂ। ਤਿੰਨ ਚਾਰ ਲੰਗਰ ਹੋਰ, ਇਹੀ ਜਵਾਬ ਹੁਣ ਗਏ ਆਖਰੀ ਲੰਗਰ ਦੇ ਵਿੱਚ ਜਿਹੜਾ ਭਾਈ ਨੰਦ ਲਾਲ ਦਾ। ਸਿੱਖਾਂ ਬਹੁਤ ਦੂਰ ਤੋਂ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨਾਂ ਦੇ ਵਾਸਤੇ, ਲੰਗਰ ਛਕਾ ਸਕਦਾ? ਕਹਿੰਦਾ, ਤੁਸੀਂ ਬੈਠੋ, ਜੇ ਦੂਰ ਤੋਂ ਆਇਓ ਤਾਂ ਪਹਿਲਾਂ ਮੈਂ ਤੁਹਾਡੇ ਗਰਮ ਪਾਣੀ ਦੇ ਨਾਲ ਚਰਨ ਧੋਵਾਂਗਾ। ਨੰਦ ਲਾਲ ਨੇ ਗੁਰਦੇਵ ਪਾਤਸ਼ਾਹ ਦੇ ਚਰਨ ਧੋਤੇ, ਪਛਾਣਿਆ ਨਹੀਂ ਅਜੇ, ਚਿਹਰੇ ਦੇ ਉੱਪਰ ਕੱਪੜਾ। ਲੰਗਰ ਤਿਆਰ ਕੀਤਾ, ਲੰਗਰ ਤਿਆਰ ਕਰਕੇ ਰੱਖ ਕੇ ਨਾਲ ਹੀ ਹੱਥ ਜੋੜ ਕੇ ਕਹਿੰਦਾ, ਗੁਰੂ ਦਾ ਸਿੱਖਾ, ਤੂੰ ਗੁਰੂ ਦੀ ਜ਼ਿਆਰਤ ਵਾਸਤੇ ਆਇਆ, ਮੇਰੇ ਵਾਸਤੇ ਗੁਰੂ ਦਾ ਰੂਪ ਹੈ। ਲੰਗਰ ਕਾਹਲੀ ਦੇ ਵਿੱਚ ਤਿਆਰ ਕੀਤਾ, ਹੋ ਸਕਦਾ ਤਿਆਰ ਕਰਦਿਆਂ ਮੇਰੇ ਕੋਈ ਕੁਤਾਹੀ ਹੋ ਗਈ ਹੋਵੇ, ਜੇ ਕਿਤੇ ਤੈਨੂੰ ਸਵਾਦ ਨਾ ਲੱਗੇ, ਤੂੰ ਗੁਰੂ ਦਾ ਸਿੱਖ ਹੈ, ਮੈਂ ਗੁਰੂ ਦੇ ਦਰ ਦਾ ਕੁੱਤਾ, ਵੇਖੀ ਕਿਤੇ ਮੇਰੀ ਗਲਤੀ ਨੂੰ ਚਿਤਾਰੀ ਨਾ ਪ੍ਰਵਾਨ ਕਰ ਲਵੇਂ। ਇਸੇ ਕਰਕੇ ਨੰਦ ਲਾਲ ਆਪਣੀ ਰਚਨਾ 'ਚ ਕਹਿੰਦੇ ਨੇ, ਲਾਲ ਸੱਗ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗ ਦਾਰੇ ਨਾਮ ਗੁਰੂ ਗੋਬਿੰਦ ਸਿੰਘ। ਕਹਿੰਦੇ ਨੇ ਕਿ ਜੇ ਮੈਨੂੰ ਕੋਈ ਕਵੇ ਗੁਰੂ ਗੋਬਿੰਦ ਸਿੰਘ ਦੀਆਂ ਸਿਫਤਾਂ ਬਿਆਨ ਕਰ, ਮੈਂ ਨਹੀਂ ਕਰ ਸਕਦਾ, ਇੰਨਾ ਕਹਿ ਸਕਦਾ ਕਿ ਭੌਂਕ ਸਕਦਾ ਕਿਉਂਕਿ ਗੁਰੂ ਦਰ ਦਾ ਕੁੱਤਾ। ਅਤੇ ਕਹਿੰਦੇ, ਭੌਂਕਣ ਤੋਂ ਬਾਅਦ ਮੈਨੂੰ ਕੋਈ ਪੁੱਛੇ ਕਿ ਨੰਦ ਲਾਲ ਤੇਰੀ ਕੋਈ ਅੰਤਮ ਇੱਛਾ ਹੈ, ਤਾਂ ਮੈਂ ਸਿਰਫ ਇੰਨਾ ਕਹਿ ਸਕਦਾ, ਜ਼ਾਨ ਬਾਦਿਸ਼ ਫਿਦਾਏ ਗੁਰੂ ਗੋਬਿੰਦ ਸਿੰਘ, ਫਰਕ ਉਪਰ ਪਾਏ ਗੁਰੂ ਗੋਬਿੰਦ ਸਿੰਘ, ਕਿ ਮੇਰੀ ਜਾਨ ਉਦੋਂ ਨਿਕਲੇ ਜਦੋਂ ਮੇਰਾ ਸਿਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਉੱਪਰ ਹੋਵੇ। ਹੁਣ ਨੰਦ ਲਾਲ ਕਹਿ ਰਿਹਾ, ਕਹਿੰਦਾ, ਤੂੰ ਗੁਰੂ ਦਾ ਸਿੱਖ ਅਤੇ ਮੈਂ ਗੁਰੂ ਦਾ ਕੁੱਤਾ, ਜੇ ਕਿਤੇ ਲੰਗਰ ਦੇ ਵਿੱਚ ਕੋਈ ਕੁਤਾਹੀ ਤੈਨੂੰ ਲੱਗੇ ਤਾਂ ਮੈਨੂੰ ਗੁਰੂ ਦਾ ਕੁੱਕਰ ਜਾਣ ਕੇ ਮਾਫ਼ ਕਰ ਦੇਵੀਂ। ਨੰਦ ਲਾਲ ਇਹ ਗੱਲ ਕਹਿ ਰਿਹਾ ਹੈ ਅਤੇ ਪਾਤਸ਼ਾਹ ਨੇ ਚਿਹਰੇ ਤੋਂ ਕੱਪੜਾ ਲਾ ਦਿੱਤਾ। ਬੜੀ ਅਜੀਬ ਘਟਨਾ ਹੈ, ਅਜੀਬ ਇਤਫਾਕ ਹੈ। ਪਾਤਸ਼ਾਹ ਨੇ ਗੱਲ ਦੇ ਨਾਲ ਲਾਇਆ, ਅਸੀਸ ਦਿੱਤੀ, ਤੁਰ ਪਏ। ਹੁਣ ਨੰਦ ਲਾਲ ਦੀ ਜ਼ਬਾਨ 'ਤੇ ਇੱਕ ਸ਼ੇਰ ਹੈ। ਨੰਦ ਲਾਲ ਕਹਿੰਦਾ, ਰੋਜ਼ਾ ਬਾਗੇ ਇਰਮ, ਅੱਖਾਂ ਦੇ ਵਿੱਚ ਹੰਝੂ। ਕੁਝ ਸਿੱਖ ਨਾਲ ਆ ਕੇ ਖੜੇ ਹੋ ਗਏ। ਰੋਜ਼ ਆਏ ਬਾਗੇ ਇਰਮ, ਕੁਰਬਾਂ ਕੁਨਮ, ਬਸ ਕੇ ਮਾਰਾ ਏ ਕੂਏ ਆਜ਼ਿਜ਼ ਲਜ਼ੀਜ਼। ਕਹਿੰਦਾ, ਮੇਰਾ ਜੀ ਕਰਦਾ ਅੱਜ ਕਿ ਜੇ ਮੇਰੇ ਕੋਲ ਸਵਰਗ ਦੇ ਬਾਗ ਦੀ ਮਲਕੀਅਤ ਹੋਵੇ, ਰੋਜ਼ਾ ਬਾਗੇ ਇਰਮ, ਕੁਰਬਾਂ ਕੁਨਮ, ਤੇ ਮੈਂ ਇਸ ਜਗ੍ਹਾ ਤੋਂ ਕੁਰਬਾਨ ਕਰ ਦੇਵਾਂ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਚਰਨ ਪਏ ਨੇ। ਕੁਦਰਤਨ ਸਿੱਖਾਂ ਦੇ ਵਿੱਚ ਆਪਸੀ ਪਿਆਰ ਸੀ। ਇੱਕ ਸਿੱਖ ਮਜ਼ਾਕ ਨਾਲ ਕਹਿੰਦਾ, ਨੰਦ ਲਾਲ, ਪਤਾ ਜੇ ਤੂੰ ਸਵਰਗ ਦਾ ਬਾਗ, ਜੰਨਤ ਦਾ ਬਾਗ, ਰੋਜ਼ਾ ਬਾਗੇ ਇਰਮ ਗੁਰੂ ਦੇ ਚਰਨਾਂ ਦੇ ਉੱਪਰੋਂ ਕੁਰਬਾਨ ਕਰਨਾ ਹੈ ਤਾਂ ਪਹਿਲਾਂ ਉੱਥੇ ਜਾਣਾ ਪਵੇਗਾ। ਅਤੇ ਨੰਦ ਲਾਲ ਮੁਸਕਰਾ ਕੇ ਕਹਿੰਦਾ, ਕਹਿੰਦਾ, ਜ਼ਿੰਦਾ ਮੈਂ ਗਰਦਮ, ਜੇ ਬੂਏ ਮੁਕਦਮਸ਼, ਬਸ ਕੇ ਮਾਰਾ ਹੈ ਬੂਏ ਆਜ਼ਿਜ਼ ਲਜ਼ੀਜ਼। ਹੁਣ ਮੈਂ ਮਰ ਵੀ ਨਹੀਂ ਸਕਦਾ ਕਿਉਂਕਿ ਇਸ ਜਗ੍ਹਾ ਦੇ ਉੱਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੀ ਸੁਗੰਧ ਆ ਰਹੀ ਹੈ, ਜਿਹਦੇ ਕਰਕੇ ਮੇਰੇ ਸਵਾਸ ਚੱਲ ਰਹੇ ਨੇ, ਮੌਤ ਵੀ ਹੁਣ ਕਿੱਥੇ ਆਵੇ। ਇਹ ਨੰਦ ਲਾਲ ਦਾ ਪਿਆਰ ਹੈ ਗੁਰੂ ਦੇ ਨਾਲ। ਇਹੀ ਨੰਦ ਲਾਲ ਗੁਰੂ ਪਿਆਰ ਦੇ ਵਿੱਚ ਭਿੱਜ ਕੇ ਇੱਕ ਗੱਲ ਕਹਿੰਦੇ ਨੇ, ਕਹਿੰਦੇ, ਲਾ ਮਕਾਂ ਪਾਬੋਸ ਗੁਰੂ ਗੋਬਿੰਦ ਸਿੰਘ, ਹਰ ਦੋ ਆਲਮ ਕੋਸ ਗੁਰੂ ਗੋਬਿੰਦ ਸਿੰਘ। ਗੁਰੂ ਦੇ ਬਾਟੇ ਦੇ ਵਿੱਚ, ਉਹਦੇ ਕਾਸੇ ਦੇ ਵਿੱਚ ਉਹ ਰੰਗ ਪਿਆ ਹੈ ਕਿ ਜਿਹੜਾ ਉਸ ਮਜੀਠੀ ਰੰਗ ਦੇ ਵਿੱਚ ਇੱਕ ਚੁੱਭੀ ਲਾ ਲੈਂਦਾ ਹੈ, ਉਹ ਉਹਦੇ ਵਰਗਾ ਹੀ ਹੋ ਜਾਂਦਾ ਹੈ। ਔਰ ਇਹ ਸੱਚ ਹੈ। ਅੱਜ ਦੀ ਸਮੱਸਿਆ ਇੱਥੇ ਹੈ ਕਿ ਗੁਰੂ ਆਪਣਾ ਰੂਪ ਬਣਾਉਣਾ ਚਾਹੁੰਦਾ ਹੈ, ਸਿੱਖ ਉਸ ਤੋਂ ਦੂਰ ਜਾ ਰਿਹਾ। ਅਸੀਂ ਭਾਲ ਰਹੇ ਹਾਂ ਤਸਵੀਰਾਂ ਦੇ ਵਿੱਚੋਂ, ਗੁਰੂ ਕਹਿ ਰਿਹਾ ਖੋਜ ਸ਼ਬਦ ਮੇਲੇ। ਸਮੱਸਿਆ ਇੱਥੇ ਅੱਜ ਬੋਧੀ ਸਾਹਿਬ ਦੇ ਵਿੱਚ ਇੱਕ ਗੱਲ ਬੜੀ ਪਿਆਰੀ ਹੈ, ਅਮਰਪਾਲੀ ਵੈਸ਼ਾਲੀ ਦੀ ਨਿਰਤਕੀ। ਵੈਸ਼ਾਲੀ ਦੇ ਰਾਜੇ ਦੇ ਰਾਜ ਵਿੱਚ ਰੋਜ਼ ਨੱਚ ਕੇ ਵਾਪਸ ਜਾਂਦੀ ਹੈ।
ਹੁਣ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਇਹ ਗੱਲ ਕਹਿੰਦੇ ਨੇ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕਿਹੋ ਸਦਾ ਸਦ ਸੰਗਾ। ਇਹ ਜਿਹੜੀਆਂ ਸਾਰੀਆਂ ਤਸ਼ਬੀਹਾਂ ਨੇ, ਇਹ ਗੁਰਦੇਵ ਪਾਤਸ਼ਾਹ ਕੇਵਲ ਬਾਹਰੀ ਵਿਖਾਵੇ ਦੀ ਗੱਲ ਨਹੀਂ ਕਰਦੇ। ਸਿੱਖ ਨੂੰ ਕਹਿੰਦੇ ਨੇ ਕਿ ਰੂਹ ਤੋਂ ਸਰਾਪਾ ਫਜ਼ਾਲ, ਰੂਹ ਤੋਂ ਤੂੰ ਸਿੱਖ ਗੁਰੂ ਵਰਗਾ ਬਣਨਾ ਚਾਹੀਦਾ। ਮਾਫ ਕਰਨਾ, ਅੱਜ ਬਾਹਰੋਂ ਹਾਂ ਅੰਦਰੋਂ ਨਹੀਂ। ਬੋਧੀ ਸਾਹਿਬ ਦੀ ਉਹ ਗੱਲ ਬੜੀ ਅਹਿਮ ਹੈ। ਅਮਰਪਾਲੀ ਵੈਸ਼ਾਲੀ ਦੇ ਰਾਜੇ ਦੇ ਦਰਬਾਰ ਦੇ ਵਿੱਚੋਂ ਰੋਜ਼ ਨੱਚ ਕੇ ਵਾਪਸ ਜਾਂਦੀ ਹੈ। ਰਸਤੇ ਦੇ ਵਿੱਚ ਇੱਕ ਪੰਡਿਤ ਖੜਾ ਹੈ, ਮੱਥੇ 'ਤੇ ਤਿਲਕ, ਹੱਥ 'ਚ ਮਾਲਾ, ਗਲ 'ਚ ਡਿਊ, ਤੇੜ ਧੋਤੀ, ਬੜਾ ਭੱਦਾ ਕਮੈਂਟ ਕਰਦਾ ਹੈ, ਕਿਵੇਂ ਹੈ, ਕਿੱਥੋਂ ਆ ਰਹੀ। ਕੁਦਰਤਨ ਨਜ਼ਰਾਂ ਨੀਵੀਆਂ ਕਰਕੇ ਅੱਗੇ ਲੰਘ ਜਾਂਦੀ ਹੈ। ਦੂਸਰਾ ਦਿਨ ਫਿਰ ਨੱਚ ਕੇ ਆ ਰਹੀ ਹੈ, ਫਿਰ ਪੰਡਿਤ ਉੱਥੇ ਖੜਾ ਹੈ। ਸਵਾਲ ਉਹੀ ਹੈ, ਕੌਣ ਹੈ, ਕਿਵੇਂ ਹੈ, ਕਿੱਥੋਂ ਆ ਰਹੀ ਹੈ, ਜਿਸ ਤਰ੍ਹਾਂ ਬਾਰ ਬਾਰ ਕਿਸੇ ਨੂੰ ਤੰਗ ਕੀਤਾ ਜਾਂਦਾ ਹੈ। ਤੀਜੇ ਦਿਨ ਨੱਚ ਕੇ ਆ ਰਹੀ ਹੈ ਅਤੇ ਖੜੀ ਹੋ ਗਈ। ਫਿਰ ਉਹ ਕਹਿੰਦਾ, ਕੌਣ ਹੈ, ਕਿੱਥੋਂ ਆ ਰਹੀ ਹੈ? ਕਹਿੰਦੀ, ਮੇਰੀ ਪੈਰਾਂ ਦੀ ਪਜ਼ੇਬ, ਮੇਰਾ ਸ਼ਿੰਗਾਰ, ਮੇਰੇ ਬਸਤਰ ਅਤੇ ਮੇਰੇ ਕੇਸਾਂ ਦੀਆਂ ਲੱਟਾਂ ਦੱਸਦੀਆਂ ਨੇ ਕਿ ਨੱਚਣ ਵਾਲੀ ਹਾਂ ਅਤੇ ਨੱਚ ਕੇ ਆ ਰਹੀ ਹਾਂ। ਅਫਸੋਸ ਤੇਰੇ 'ਤੇ ਹੈ ਕਿ ਜਿਹੜੇ ਤੇਰੇ ਸਰੀਰ ਦੇ ਧਾਰਮਿਕ ਚਿੰਨ੍ਹ ਨੇ ਤੂੰ ਉਹ ਨਹੀਂ ਹੈ। ਅਫਸੋਸ ਤੇਰੇ 'ਤੇ ਹੈ, ਮੈਂ ਤਾਂ ਨੱਚਣ ਵਾਲੀ ਹਾਂ, ਮੇਰਾ ਲਿਬਾਸ ਦੱਸ ਰਿਹਾ ਹੈ, ਨੱਚਣ ਵਾਲੀ ਹਾਂ, ਨੱਚ ਕੇ ਆ ਰਹੀ ਹਾਂ। ਅਫਸੋਸ ਤੇਰੇ 'ਤੇ ਹੈ, ਤੂੰ ਆਪਣੇ ਤਿਲਕ ਵੱਲ ਵੇਖ, ਤੂੰ ਆਪਣੇ ਜੰਜੂ ਵੱਲ ਵੇਖ, ਕੋਈ ਸਮਝੇਗਾ ਤੂੰ ਪੁਜਾਰੀ ਹੈ, ਪਰ ਜੋ ਤੂੰ ਨਜ਼ਰ ਆ ਰਿਹਾ ਤੂੰ ਉਹ ਨਹੀਂ, ਤੂੰ ਡਾਕੂ ਹੈ, ਤੂੰ ਪਖੰਡੀ ਹੈ, ਮੈਂ ਤੇ ਜੋ ਹਾਂ ਨਜ਼ਰ ਆ ਰਹੀ ਹੈ। ਸੋ ਗੁਰਦੇਵ ਪਾਤਸ਼ਾਹ ਨੇ ਸਾਨੂੰ ਸਰੂਪ ਦੇ ਵਿੱਚ ਇਹੀ ਇਸ ਰੂਪ ਦੀ ਖੂਬੀ ਕੀ ਹੈ। ਉਹ ਕਹਿੰਦੇ, ਤੇਗ ਰਾਹ ਫਤਹ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਹਰ ਰਾਹ ਗੁਰੂ ਗੋਬਿੰਦ ਸਿੰਘ। ਕਹਿੰਦੇ ਇਹ ਬੜੀ ਵੱਖਰੀ ਖੇਡ ਹੈ, ਔਰ ਇਹ ਖੇਡ ਹੈ ਵੀ ਵੱਖਰੀ। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਕਿਸੇ ਮਰਦੂਦ ਦੇ ਉੱਪਰ ਤਲਵਾਰ ਦਾ ਵਾਰ ਕਰਦੇ ਨੇ, ਉਸਨੂੰ ਮੁਰਦਾ ਬਣਾ ਦਿੰਦੇ ਨੇ, ਅਤੇ ਜ਼ਮੀਰ ਤੋਂ ਮਰੇ ਮੁਰਦੇ ਦੇ ਉੱਪਰ ਜ਼ੁਬਾਨ ਦਾ ਵਾਰ ਕਰਦੇ ਨੇ ਅਤੇ ਮਰੀਦ ਬਣਾ ਲੈਂਦੇ ਨੇ, ਇਹ ਬੜੀ ਵੱਖਰੀ ਖੇਡ ਹੈ। ਤੇਗ ਰਾਹ ਫਤਹ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਰਾਹ ਰਾਹ ਗੁਰੂ ਗੋਬਿੰਦ ਸਿੰਘ। ਇੰਝ ਕਦੀ ਵੀ ਨਹੀਂ ਹੋ ਸਕਦਾ ਕਿ ਸ਼ਬਦ ਅਤੇ ਸ਼ਾਸਤਰ, ਬੜੀ ਵੱਡੀ ਗੱਲ ਹੈ। ਇਹ ਗੱਲ ਇੱਕ ਵਾਰੀ ਚੰਦਨ ਕਵੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛੀ ਸੀ, ਪਾਤਸ਼ਾਹ ਕੀ ਕਰਦੇ ਹੋ, ਜਿਹੜੇ ਤਲਵਾਰ ਚਲਾਉਣ ਵਾਲੇ ਨੇ ਉਹਨਾਂ ਦੇ ਹੱਥ 'ਚ ਤੁਸੀਂ ਕਲਮ ਵੀ ਫੜਾ ਛੱਡੀ ਹੈ, ਅਤੇ ਜਿਹੜੇ ਕਲਮ ਚਲਾਉਣ ਵਾਲੇ ਸੀ ਉਹਨਾਂ ਦੇ ਹੱਥ 'ਚ ਤੁਸੀਂ ਖੰਡਾ ਵੀ ਫੜਾ ਛੱਡਿਆ, ਇਹ ਕਿਵੇਂ ਦੀ ਖੇਡ ਹੈ? ਕਹਿੰਦਾ, ਮੈਨੂੰ ਇੰਝ ਲੱਗਦਾ ਹੈ ਇਹ ਤੁਹਾਡੇ ਤਲਵਾਰਬਾਜ਼ਾਂ ਦੇ ਕੋਲ ਕਲਮ ਦੀ ਸਮਝ ਨਹੀਂ ਆਵੇਗੀ, ਅਤੇ ਕਲਮ ਨਾਲ ਲੜਨ ਵਾਲੇ ਤਲਵਾਰਬਾਜ਼ ਨਹੀਂ ਹੋਣਗੇ। ਪਾਤਸ਼ਾਹ ਕਹਿੰਦੇ, ਚੰਦਨ ਤੈਨੂੰ ਇਹ ਕਿਵੇਂ ਕਿਵੇਂ ਮਹਿਸੂਸ ਹੋਇਆ ਤੈਨੂੰ? ਕਹਿੰਦਾ, ਜੇਕਰ ਇੰਨੇ ਹੀ ਤੁਹਾਡੇ ਇਹ ਕਲਮ ਦੇ ਲਿਖਾਰੀ ਇੰਨੀ ਹੀ ਉੱਚੀ ਉਸ ਅਵਸਥਾ ਦੇ ਮਾਲਕ ਨੇ, ਤਾਂ ਪਾਤਸ਼ਾਹ ਮੈਂ ਤਾਂ ਸਮਝਦਾ ਕਿ ਤੁਹਾਨੂੰ ਵੀ ਕੁਝ ਨਹੀਂ ਆਉਂਦਾ, ਤੁਸੀਂ ਤਾਂ ਤਲਵਾਰਬਾਜ਼ਾਂ ਦੇ ਹੱਥਾਂ 'ਚ ਕਲਮ ਫੜਾਈ ਹੈ, ਤੁਸੀਂ ਇਹ ਕਵੀ ਬਣਾ ਛੱਡੇ, ਅਤੇ ਜੇ ਇੰਨਾ ਹੀ ਗਿਆਨ ਹੈ ਤਾਂ ਮੈਂ ਇੱਕ ਕਵਿਤਾ ਪੜ੍ਹਦਾ, ਅਰਥ ਕਰੋ। ਚੰਦਨ ਕਵੀ ਬੈਠਾ, ਪਾਤਸ਼ਾਹ ਕਹਿੰਦੇ ਪੜ੍ਹ। ਉਸਨੇ ਕਵਿਤਾ ਪੜ੍ਹੀ, ਨਵਸਾਤ ਪੀਏ ਨਵਸਾਤ ਦੀਏ, ਨਵਸਾਤ ਰਚੇ ਨਵਸਾਤ ਰਚਾਏ, ਖੇਲ ਬਾਜੀ ਨਵਸਾਤਨ ਕੀ, ਨਵਸਾਤਨ ਕੇ ਮੁੱਖ ਅੰਚਲ ਪਾਏ, ਨਵਸਾਤ ਸ਼ਿੰਗਾਰ ਕੀਏ ਤ੍ਰਿਆ, ਔਰ ਫਿਰ ਨਵਸਾਤਨ ਕੇ ਚੰਦ ਮੁੱਖ ਛੁਪਾਏ। ਪਾਤਸ਼ਾਹ ਮੁਸਕਰਾ ਪਏ, ਕਹਿੰਦੇ, ਚੰਦਨ ਮੈਂ ਇਸ 'ਤੇ ਅਰਥ ਨਹੀਂ ਕਰਨੇ। ਚੰਦਰ ਕਹਿੰਦਾ, ਕਿਉਂ, ਔਖੀ? ਕਹਿੰਦੇ, ਨਹੀਂ, ਕਹਿੰਦੇ, ਕਿਉਂਕਿ ਤੇਰੀ ਇਸ ਕਵਿਤਾ ਦੇ ਅਰਥਾਂ ਗੁਰੂ ਘਰ ਦੇ ਘਾਈ ਵੀ ਕਰ ਸਕਦੇ ਨੇ। ਮਾਨ ਸਿੰਘ, ਘੋੜਿਆਂ ਦੀ ਸੇਵਾ ਕਰ ਰਹੇ ਧੰਨਾ ਸਿੰਘ ਘਾਈ ਨੂੰ ਬੁਲਾ ਕੇ ਲਿਆਓ। ਭਾਈ ਧੰਨਾ ਸਿੰਘ ਨੂੰ ਬੁਲਾਇਆ ਗਿਆ, ਧੰਨਾ ਸਿੰਘ ਪਿੱਛੋਂ ਕਾਨਪੁਰ ਦੇ ਰਹਿਣ ਵਾਲੇ ਸੀ। ਧੰਨਾ ਸਿੰਘ ਨੂੰ ਬੁਲਾਇਆ ਗਿਆ ਅਤੇ ਪਾਤਸ਼ਾਹ ਚੰਦਨ ਨੂੰ ਕਹਿੰਦੇ ਨੇ, ਚੰਦਨ ਹੁਣ ਫਿਰ ਕਵਿਤਾ ਪੜ੍ਹ।
चंदन कविता पढ़ता है नवसात पीए नवसात तीए नवसात रचे नवसात रचाए अर्थ बनते सी नवसात नौ ते सत सोलह सोलह साल की बच्ची ने सोलह साल च विआह होया सोलह साल बाद उसका पति वापस आया पति दे वापस दे आउण च उसने सोलह शिंगार किते सोलह शिंगार करन तो बाद उसने चौपड़ दियां सोलह बाजियां खेडियां जीत बाजी नवसातन की सौलियां सोलह बाजियां जितन तो बाद उसने अपना चंद वर्गा मुखड़ा सोलह कला संपूर्ण चंद्रमा के पिछे छुपा लिया। चंदन हैरान कि गुरु घर दा घाई जवाब दे दिता कहिंदा हाँ सचमुच ज्ञान है उठ के तुर लगा ते पातशाह कहिंदे हुण धन्ना सिंह की कविता का जवाब भी दे ला तू ते अपनी सुना ली हुण धन्ना सिंह की कविता का जवाब भी दे जा। भाई धन्ना सिंह नूं पातशाह कहिंदे ने धन्ना सिंह पढ़ कविता। धन्ना सिंह ने बड़ी छोटी कविता पढ़ी है कहिंदा मास मिले सिंह मरे कबहू ना मरे हर हाथ ना आए मीन मरे जल के परसे कबहू ना मरे हर पावक पाए त्रिया मले प्रतीके परसके कबहू ना मरे पथ परदेस सिदाए। बड़ी वक्री खेड़ है हुण समझ नहीं आ रही चंदन कवि नूं कि अर्थ की करे कि मीन मले जल के परसे कि मच्छी पानी नूं मिल के मर जाती है ते कदी नहीं मरदी जे पानी उहदे कोल ना होवे। मास मिले सिंह मरे मास मिल जावे ते शेर मर जांदा है कबहू ना मरे हर हाथ ना आवे ते भुखा जड़ा त्रिया मरे पति के परसे पति कोल आवे ते औरत मर जांदी है पति परदेस होवे औरत नहीं मरदी। बड़ा चिर सोचता रहा अखीर हाथ जोड़ दिंदा है पातशाह नहीं जवाब नहीं आया ते पातशाह मुस्कुरा के कहिंदे जवाब है ही कोई नहीं ਇਹ ਤੇ ਵਿਸ਼ਰਾਮ ਹੀ ਅੱਗੇ ਪਿੱਛੇ ਕਰਨਾ ਸੀ। ਗੱਲ ਤਾਂ ਸਿੱਧੀ ਸੀ ਵਿਸ਼ਰਾਮ ਜਿਹੜਾ ਸੀ ਉਹ ਸੀ ਮਾਸ ਮਿਲੇ ਸਿੰਘ ਮਰੇ ਤੇ ਕੀਤਾ ਸੀ ਵਿਸ਼ਰਾਮ ਇੱਥੇ ਕਰਨਾ ਸੀ ਮਾਸ ਮਿਲੇ ਸਿੰਘ ਮਰੇ ਕਬਹੂ ਨਾ ਮਰੇ ਹਰ ਹਾਥ ਨਾ ਆਵੇ। ਕਹਿੰਦੇ ਗੱਲ ਤਾਂ ਵਿਸ਼ਰਾਮ ਦੀ ਸੀ ਇੱਕ ਕੌਮਾ ਇੱਕ ਵਿਸ਼ਰਾਮ ਅੱਗੇ ਪਿੱਛੇ ਕਰਨਾ ਸੀ। ਹੁਣ ਉਹੀ ਚੰਦਨ ਜਿਹੜਾ ਉਹ ਗੁਰੂ ਦਾ ਸੇਵਕ ਬਣਦਾ ਹੈ ਅਤੇ ਕੁਦਰਤਨ ਆਰਿਫ ਖਾਮ ਨੇ ਹਮਲਾ ਕਰ ਦਿੱਤਾ। ਗੁਰਦੇਵ ਪਾਤਸ਼ਾਹ ਸਿੱਖਾਂ ਨੂੰ ਸ਼ਸਤਰ ਵੰਡ ਰਹੇ ਨੇ ਅਤੇ ਨੰਦ ਲਾਲ ਭਾਈ ਆਲਮ ਸਿੰਘ ਨੂੰ ਕਹਿੰਦਾ ਹੈ ਕਿ ਆਲਮ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੇ ਸਿੱਖਾਂ ਨੂੰ ਸ਼ਸਤਰ ਦੇ ਰਹੇ ਨੇ ਮੈਨੂੰ ਕਿਉਂ ਨਹੀਂ। ਅਤੇ ਆਲਮ ਸਿੰਘ ਮੁਸਕਰਾ ਕੇ ਕਹਿੰਦਾ ਨੰਦ ਲਾਲ ਮੌਤ ਤੋਂ ਡਰਦਾ ਤਾਂ ਤੂੰ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਔਰੰਗਜ਼ੇਬ ਨੇ ਕੋਲੋਂ ਡਰਦਾ ਤੂੰ ਕਿਉਂ ਆਇਆ ਕਿਉਂਕਿ ਜਾਂ ਤੇਰੀ ਜਾਨ ਸਲਾਮਤ ਰਹਿ ਸਕਦੀ ਸੀ ਜਾਂ ਤੇਰਾ ਇਮਾਨ ਸਲਾਮਤ ਰਹਿ ਸਕਦਾ ਸੀ ਮੌਤ ਤੋਂ ਡਰਦਾ ਤੇ ਤੂੰ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਅਤੇ ਗੁਰੂ ਹੁਣ ਤੈਨੂੰ ਦੁਬਾਰਾ ਮੈਦਾਨੇ ਜੰਗ ਦੇ ਵਿੱਚ ਭੇਜ ਕੇ ਮਰਵਾ ਦੇਵੇ ਇਹ ਕਿਵੇਂ ਹੋ ਸਕਦਾ ਹੈ। ਅਤੇ ਨੰਦ ਲਾਲ ਮੁਸਕਰਾ ਕੇ ਕਹਿੰਦਾ ਆਲਮ ਸਿੰਘ ਹੁਣ ਮੌਤ ਤੋਂ ਡਰ ਨਹੀਂ ਆਉਂਦਾ ਕਹਿੰਦਾ ਉਹ ਕਿਵੇਂ ਅਤੇ ਬੜੀ ਪਿਆਰੀ ਨਜ਼ਮ ਨੰਦ ਲਾਲ ਕਹਿ ਦਿੰਦੇ ਨੇ। ਨੰਦ ਲਾਲ ਨਜ਼ਮ ਕਹਿੰਦੇ ਨੇ ਕਿ ਜਦੋਂ ਦਾ ਸੰਗਤ ਦੇ ਵਿੱਚ ਆਇਆ ਆ ਹਜ਼ੂਮੇ ਖੁਸ਼ ਕਿ ਬਹਿਰ ਬੰਦਗੀ ਅਸਤ ਆ ਹਜ਼ੂਮੇ ਖੁਸ਼ ਬਹਿਰ ਜ਼ਿੰਦਗੀ ਅਸਤ ਆ ਹਜ਼ੂਮੇ ਖੁਸ਼ ਕਿ ਬਹਿਰੋ ਯਾਦ ਅਸਤ ਆ ਹਜ਼ੂਮੇ ਖੁਸ਼ ਹੱਕ ਕੇ ਫਰਿਆਦ ਅਸਤ। ਹਜ਼ੂਮੇ ਖੁਸ਼ ਰੂਹਾਨੀ ਖੇੜੇ ਵਾਲਿਆਂ ਦਾ ਇਕੱਠ ਹਜ਼ੂਮ ਇਕੱਠ ਨੂੰ ਕਿਹਾ ਜਾਂਦਾ ਖੁਸ਼ ਰੂਹਾਨੀ ਖੇੜਾ ਸੰਗਤ। ਕਹਿੰਦੇ ਸੰਗਤ ਦੇ ਵਿੱਚ ਆਇਆ ਅਤੇ ਸੰਗਤ ਦੇ ਵਿੱਚੋਂ ਬੰਦਗੀ ਮਿਲੀ ਬੰਦਗੀ 'ਚ ਜੁੜਿਆ ਬੰਦਗੀ 'ਚੋਂ ਜ਼ਿੰਦਗੀ ਮਿਲੀ ਜ਼ਿੰਦਗੀ ਐਵੇਂ ਦੀ ਮਿਲੀ ਕਿ ਉਸ ਜ਼ਿੰਦਗੀ ਤੋਂ ਇਹ ਅਹਿਸਾਸ ਹੋਇਆ ਕਿ ਨੰਦ ਲਾਲ ਜੇ ਕਿਤੇ ਗੁਰੂ ਦੇ ਅੱਗੇ ਅਰਦਾਸ ਕਰਕੇ ਆਪਣਾ ਆਪਾ ਸਮਰਪਿਤ ਕਰ ਦੇਵੇਂ ਤਾਂ ਮੌਤ ਦੇ ਪੈ ਤੋਂ ਮੁਕਤ ਹੋ ਜਾਈਦਾ। ਆ ਹਜ਼ੂਮੇ ਖੁਸ਼ ਹੱਕੇ ਫਰਿਆਦ ਅਸਤ ਆ ਹਜ਼ੂਮੇ ਖੁਸ਼ ਕੇ ਬਹਿਰੇ ਯਾਦ ਅਸਤ ਉਹਦੀ ਯਾਦ ਦੇ ਵਿੱਚ ਜੁੜ ਜਾਈਏ ਮੌਤ ਦੇ ਪੈ ਤੋਂ ਮੁਕਤ ਹੋ ਜਾਈਦਾ। ਆਲਮ ਸਿੰਘ ਕਹਿੰਦਾ ਨੰਦ ਲਾਲ ਮੇਰੀ ਸਿਫਾਰਿਸ਼ ਦੀ ਲੋੜ ਕੀ ਫਿਰ ਜਾ ਗੁਰੂ ਦੇ ਕੋਲੋਂ ਆਪ ਹੀ ਕੋਈ ਸ਼ਸਤਰ ਮੰਗ ਲੈ। ਨੰਦ ਲਾਲ ਗੁਰਦੇਵ ਪਾਤਸ਼ਾਹ ਕੋਲ ਜਾ ਕੇ ਸ਼ਸਤਰ ਮੰਗਦਾ ਅਤੇ ਬੜੇ ਵਜ਼ਤ ਦੇ ਵਿੱਚ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਨੰਦ ਲਾਲ ਕਈ ਵਾਰ ਕਈ ਤਲਵਾਰਾਂ ਇੱਕ ਕਲਮ ਜ਼ਾਰ ਪੈਦਾ ਨਹੀਂ ਕਰ ਸਕਦੀਆਂ ਪਰ ਤੇਰੀ ਵਰਗੀ ਕਲਮ ਕਈ ਤਲਵਾਰਾਂ ਉਠਾਉਣ ਵਾਲੇ ਯੋਧੇ ਪੈਦਾ ਕਰ ਸਕਦੀ ਹੈ ਤੂੰ ਨਹੀਂ ਲੜੇਗਾ।
नंद लाल रचना लिखते रहे ने पर मैदाने जंग दे गुरदेव पातशाह ने नहीं भेजा। हुण उही नंद लाल जिहड़े खुद मैदाने जंग दे विच नहीं गए पर कलगीधर पातशाह गुरु गोबिंद सिंह महाराज की तेग दे वसफ की गल करते हैं। कहिंदे ने कि तेग राह फतह गुरु गोबिंद सिंह, जानो दिल राह राह गुरु गोबिंद सिंह। मरदूत के उपर गुरु गोबिंद सिंह तेग का वार करता है, मुरदा बना दिंदा है, तो जमीर तो मरे मुरदे के उपर जबान का वार करता है, मुरीद बना लैंदा है। गुरु गोबिंद सिंह महाराज के उपर हमलावर होके एक हमलावर आया है औरंगजेब का मनसबदार। पुरातन स्रोतों के जिक्र मिलता है, कसे हर के कौले कुरान बायदश या कुस्तनों बस्तनों बायदश। कुरान की कसम खा के आया जां कुश्तनों गुरु गोबिंद सिंह का सिर वढ़ के लैके आऊँगा जां बस्तनों बंदी बना के लैके आऊँगा। कसे हर के कौले कुरान बायदश या कुस्तनों बस्तनों बायदश। पहुंचा गुरु गोबिंद सिंह महाराज के दर्शन किए, हमलावर होने की हिम्मत ही ना पई। गुरु गोबिंद सिंह महाराज का मरीद बन गया, नाम सी सैद बेग। हुण हमलावर होने वास्ते आवे दुश्मन ते बन जावे सिख गुरु का, राजे ते की बीती है। दूजा जरनैल तैयार किया सैद खान सैयद परिवार के विच्चों, रिश्तेदारी दे विच बीबी नसीरां का सका भरा ते बीबी नसीरां पीर बुद्धू शाह की सकी पत्नी। हुण ख्याल करो पीर बुद्धू शाह का साला गुरु गोबिंद सिंह महाराज के उपर हमलावर होके आ रहा है। हमलावर होके आया सरदार चतर सिंह बराड़ ने सूचना दी कि बाहरों दुश्मन दीयां फौजां आईयां ने। हुण अजीब खेड है कि गुरु गोबिंद सिंह महाराज के वलों फौज की अगवाई कर रहे हैं सैद बेग ते औरंगजेब के वलों आ रहा सैद खान, दोवें मुसलमान। एक गुरु का जरनैल एक औरंगजेब का जरनैल। जदों ये आ रहा सी ते रस्ते दे विच अपनी सडौरे भैण दे कोल रुकिया। भैण पुछदी है वीर इन्ना लश्कर लैके कित्थे जा रहे हैं? कहिंदा आनंदपुर साहब। कहिंदी गुरु की जियारत दे वास्ते? कहिंदा नहीं, गुरु का सिर वड्ढण दे वास्ते। कहिंदी नहीं वीरा, इंज नहीं कहीदा, गुरु के धर्म युद्ध दे विच तां साडे पुत्र शहीद होए, पीर जी के भतीजे शहीद होए, भरा शहीद होए, मुरीद शहीद होए, तेरी जबान तो यह गल किवें आई कि मैं गुरु का सिर वड्ढण जा रहा? कहिंदा हाँ, मैं तो उसका सिर वड्ढण वास्ते जा रहा, पर जेकर तैनू जियारत का तैनू गुरु के दर्शन का इन्ना ही शौक है ना, जदों तेरे गुरु का सिर वड्ढ के नेजे ते टांके लैके आऊँगा सब तो पहला तैनू ही दीदार कराऊँगा। मुस्कुरा के कहिंदी है, सिर वड्ढण का सुपना लैके ते चलिया, अरदास करदी अपने गुरु के चरणों च कि तेरे सिर ते ये सिर ना रवे। बड़े वजत वाले शब्द ने, तेरे सिर ते ये सिर ना रवे। पहुंचया उत्थे हुण दोवें जरनैल आमो सामने ने। अक्सर जदों असी धर्म युद्ध दे विच इक्को धर्म के लोग होंने तां किते ना किते जज्बाती तौर पर अगले बंदे नूं उकसाया जांदा है। सैद खान कहिंदा, सैद बेग तू मेरा मुसलमान भरा, तू मेरे ते हमला करेगा? तू सिख बन गया, एक काफर के पिछे लग के अपने भरा ते तलवार चलावेंगा? जे तेरे गुरु के विच इन्नी अजमत है तो मैदाने जंग च मेरे नाल आके आप क्यों नहीं लड़दा? ये शब्द अजे जबान दे विच पिछों घोड़े दियां टापां दी आवाज सुनाई दित्ती ते गुरु गोबिंद सिंह महाराज पिछों आ रहे ने। कहिंदे सैद बेग लांभे हो जा। जे सैद खान की इच्छा है कि गुरु गोबिंद सिंह दे नाल ही लड़ना है तो गुरु गोबिंद सिंह हाजिर है। पातशाह सामने आ खलोते कहिंदे कि सैद खान वार कर। हुण वार किहड़ा करे? गुरु गोबिंद सिंह महाराज, खैर गुरु गोबिंद सिंह महाराज के दादे गुरु तेग बहादुर गुरु हरगोबिंद साहब ने भी कभी दुश्मन से पहला वार नहीं किया। एक फारसी के लिखारी ने मुहम्मद अरदस्तानी, किताब का नाम दबस्तानी मज़ाहिब, प्यार दे नाल असीं उन्होंने मोहसिन फानी कहने, गुरु साहब के समकाली हुए ने। काले खान के नाल जंग का जिक्र बड़ा प्यारा करते हैं। कहिंदे गुरु भी सामने, काले खान भी सामने, तो कहिंदा मैं लिखारी वेखण वाला। कहिंदे मैं सोचा कि गुरुदेव पातशाह वार करनगे, क्योंकि युद्ध नीति यही है कि दुश्मन सामने है तो वार कर दिओ। पर कहिंदे गुरुदेव पातशाह मुस्कुरा के कहिंदे ने, काले खान पहला वार तू कर ला। काले खान ने वार किया, कहिंदा पातशाह ने रोक लिया।
ਕਹਿੰਦਾ ਮੈਂ ਸੋਚਿਆ ਕਿ ਯੁੱਧ ਨੀਤੀ ਜਿੱਤੇ ਸ਼ਾਇਦ ਉਹਨਾਂ ਨੇ ਇੱਕ ਮੌਕਾ ਦੇ ਦਿੱਤਾ, ਪਰ ਰਾਜਨੀਤੀ ਦਾ ਅਸੂਲ ਹੈ ਕਿ ਦੁਸ਼ਮਣ ਦੇ ਵਾਰ ਤੋਂ ਬਾਅਦ ਜਵਾਬ ਜ਼ਰੂਰ ਦਿੱਤਾ ਜਾਂਦਾ ਹੈ। ਕਹਿੰਦਾ ਮੈਂ ਸੋਚਿਆ ਗੁਰਦੇਵ ਪਾਤਸ਼ਾਹ ਹੁਣ ਵਾਰ ਕਰਨਗੇ, ਅਤੇ ਮੁਸਕਰਾ ਕੇ ਕਹਿੰਦੇ ਨੇ ਕਾਲੇ ਖਾਨ ਫਿਰ ਕੀ ਹੋਇਆ, ਤੇਰਾ ਇੱਕ ਵਾਰ ਅਜਾਈ ਚਲਾ ਗਿਆ, ਚੱਲ ਇੱਕ ਵਾਰ ਹੋਰ ਕਰ ਲੈ। ਕਾਲੇ ਖਾਨ ਨੇ ਉਹ ਵੀ ਵਾਰ ਕੀਤਾ, ਪਾਤਸ਼ਾਹ ਨੇ ਉਹ ਵੀ ਰੋਕ ਲਿਆ। ਕਹਿੰਦਾ ਹੁਣ ਮੈਂ ਸੋਚਿਆ ਗੁਰੂ ਰੋਹ ਦੇ ਵਿੱਚ ਆਵੇਗਾ, ਕਿਉਂਕਿ ਦੋ ਵਾਰ ਕਦੀ ਕੋਈ ਬਰਦਾਸ਼ਤ ਨਹੀਂ ਕਰਦਾ। ਗੁਰੂ ਰੋਹ ਦੇ ਵਿੱਚ ਆਵੇਗਾ ਅਤੇ ਕਾਲੇ ਖਾਨ 'ਤੇ ਵਾਰ ਕਰੇਗਾ। ਕਹਿੰਦਾ ਜਦੋਂ ਮੈਂ ਵੇਖਿਆ ਤਾਂ ਘੋੜੇ 'ਤੇ ਮੁਸਕਰਾ ਰਹੇ ਨੇ, ਕਹਿੰਦੇ ਕਾਲੇ ਖਾਨ ਫਿਰ ਕੀ ਹੋ ਗਿਆ, ਤੇਰੇ ਦੋ ਵਾਰ ਖਾਲੀ ਚਲੇ ਗਏ, ਚੱਲ ਇੱਕ ਹੋਰ ਕਰ ਲਾ। ਕਹਿੰਦਾ ਜਦੋਂ ਉਸਨੇ ਤੀਜਾ ਵਾਰ ਕੀਤਾ, ਗੁਰਦੇਵ ਪਾਤਸ਼ਾਹ ਨੇ ਉਹ ਵੀ ਰੋਕਿਆ। ਕਹਿੰਦਾ ਹੁਣ ਗੁਰਦੇਵ ਪਾਤਸ਼ਾਹ ਵਾਰ ਕਰਦੇ ਨੇ, ਅਤੇ ਆਪਣੀ ਜ਼ਬਾਨ ਦੇ ਵਿੱਚੋਂ ਬੜੇ ਪਿਆਰ ਨਾਲ ਕਹਿੰਦੇ ਨੇ, ਜ਼ਦਨੀ ਨੇਸਤ ਬੱਲੋ ਜ਼ਦਨ ਈ ਅਸਤ, ਉਹ ਪੁੱਤਰਾ ਵਾਰ ਇੰਜ ਨਹੀਂ ਵਾਰ ਇੰਜ ਕਰੀਦਾ। ਕਹਿੰਦੇ ਦੋ ਹਿੱਸੇ ਕਰਕੇ ਜ਼ਮੀਨ 'ਤੇ ਸੁੱਟ ਦਿੱਤਾ। ਕਹਿੰਦੇ ਮੈਂ ਗੁਰੂ ਦੇ ਚਿਹਰੇ ਦੇ ਉੱਪਰ ਗੁੱਸਾ ਵੇਖਿਆ ਹੀ ਨਹੀਂ, ਮੈਨੂੰ ਤਾਂ ਇੰਝ ਲੱਗਾ ਕਿ ਗੁਰੂ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਨੂੰ ਵੀ ਯੁੱਧ ਦੀ ਵਿੱਦਿਆ ਦੇ ਰਿਹਾ ਹੈ। ਇਹੀ ਗੱਲ ਗੁਰਦੇਵ ਪਾਤਸ਼ਾਹ, ਤੁਸੀਂ ਭੰਗਾਣੀ ਦੀ ਜੰਗ ਵੇਖੋ, ਹਰੀਚੰਦ ਨੂੰ ਕਹਿੰਦੇ ਨੇ ਵਾਰ ਕਰ, ਹਰੀਚੰਦ ਵਾਰ ਕਰਦਾ ਹੈ, ਗੁਰਦੇਵ ਪਾਤਸ਼ਾਹ ਦੇ ਘੋੜੇ ਦੇ ਕੋਲੋਂ ਦੀ ਲੰਘ ਜਾਂਦਾ ਹੈ। ਫਿਰ ਪਾਤਸ਼ਾਹ ਕਹਿੰਦੇ ਨੇ ਵਾਰ ਕਰ, ਗੁਰਦੇਵ ਪਾਤਸ਼ਾਹ ਦੇ ਕਾਨ ਸ਼ਹਿ ਕੇ ਸਧਾਇਓ, ਕੰਨ ਦੇ ਕੋਲੋਂ ਲੰਘ ਜਾਂਦਾ। ਤਿੱਤੀਆ ਤੀਰ ਪੇਟੀ ਮਜ਼ਾਰਨ, ਚੁੱਭੀ ਚਿੰਚ ਚਰਮਣ, ਕਿਸ਼ਕਾਏ ਨਾ ਆਇਮ, ਕੇਵਲ ਕਾਲਮ ਹਾਥ ਦੇ ਕੇ ਬਚਾਇਮ। ਤੀਸਰਾ ਤੀਰ ਪੇਟੀ 'ਚ ਆ ਕੇ ਲੱਗਦਾ, ਜਦੋਂ ਤੀਜਾ ਤੀਰ ਲੱਗਦਾ ਫਿਰ ਕਹਿੰਦੇ ਨੇ ਜੱਬੇ ਬਾਣ ਲੱਗ ਗਿਓ, ਤੱਬੈ ਰੋਸ ਜਾਗਿਓ, ਕਰੰਗ ਲੈ ਕਮਾਣਨ, ਹਨਨ ਬਾਨ ਤਾਣਨ, ਹਰੀ ਚੰਦ ਮਾਰੇ ਸੁਜੋ ਦਾ ਬਿਥਾਰੇ। ਸੋ ਤੀਜਾ ਵਾਰ ਕੀਤਾ ਗੁਰਦੇਵ ਪਾਤਸ਼ਾਹ। ਇੱਥੇ ਗੁਰਦੇਵ ਪਾਤਸ਼ਾਹ ਨੇ ਸੈਦ ਖਾਨ ਵਾਰ ਕਰ, ਨੂਰ ਹੀ ਐਸਾ, ਇੱਕ ਭੈਣ ਨੇ ਕਿਹਾ ਸੀ ਸੈਦ ਖਾਨ ਸ਼ਾਇਦ ਗੁਰੂ ਕਿਰਪਾ ਕਰੇ ਤੇਰੇ ਸਿਰ ਦੇ ਉੱਪਰ ਇਹ ਸਿਰ ਨਾ ਰਵੇ, ਬਦਲ ਗਿਆ। ਸ਼ਮਸ਼ੀਰ ਨੂੰ ਮਿਆਨ ਦੇ ਵਿੱਚ ਕੀਤਾ, ਘੋੜੇ 'ਤੇ ਉਤਰਿਆ, ਗੁਰਦੇਵ ਪਾਤਸ਼ਾਹ ਦੇ ਚਰਨਾਂ ਦੇ ਉੱਪਰ ਸ਼ਮਸ਼ੀਰ ਨੂੰ ਰੱਖ ਕੇ ਇੱਕੋ ਹੀ ਗੱਲ ਕਹੀ ਹੈ, ਖੁਦਾ ਆਇਦ, ਖੁਦਾ ਆਇਦ, ਆਇਦ ਖੁਦਾ ਬੰਦਾ, ਹਕੀਕਤ ਦਰ ਮਿਜ਼ਾਜ਼ ਆਇਦ ਕਿ ਮੁਰਦਾਰਾ ਕੁਨਦ ਜ਼ਿੰਦਾ ਹੈ। ਦੁਨੀਆਂ ਦੇ ਲੋਕੋ, ਸੱਚਮੁੱਚ ਗੁਰੂ ਗੋਬਿੰਦ ਸਿੰਘ ਖੁਦਾ ਹੈ, ਸੱਚਮੁੱਚ ਗੁਰੂ ਗੋਬਿੰਦ ਸਿੰਘ ਖੁਦਾ ਹੈ। ਮੈਂ ਮਰਿਆ ਹੋਇਆ ਸੀ ਕਿ ਮੈਂ ਇਹ ਸੁਪਨਾ ਲੈ ਕੇ ਆ ਗਿਆ ਕਿ ਗੁਰੂ ਦਾ ਸਿਰ ਵੱਢਣਾ ਹੈ, ਜਦੋਂ ਗੁਰੂ ਦੇ ਦੀਦਾਰ ਕੀਤੇ ਨੇ ਤਾਂ ਅੱਜ ਇਹ ਪਤਾ ਲੱਗਾ ਕਿ ਮੈਂ ਮਰਿਆ ਹੋਇਆ ਸੀ, ਜ਼ਿੰਦਗੀ ਅੱਜ ਮਿਲੀ ਹੈ। ਹਕੀਕਤ ਦਰ ਮਿਜ਼ਾਜ਼ ਆਇਦ ਕਿ ਮੁਰਦਾਰਾ ਕੁਨਦ ਜ਼ਿੰਦਾ, ਖੁਦਾ ਆਇਦ, ਖੁਦਾ ਆਇਦ, ਆਇਦ ਖੁਦਾ ਬੰਦਾ, ਸ਼ਾਇਦ ਜ਼ਿੰਦਗੀ ਹੀ ਅੱਜ ਮਿਲੀ ਹੈ। ਸੋ ਇਸ ਗੱਲ ਨੂੰ ਨੰਦ ਲਾਲ ਕਹਿੰਦੇ ਨੇ, ਤੇਗ ਰਾਹ ਫਤਿਹ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਰਾਹ ਰਾਹ ਗੁਰੂ ਗੋਬਿੰਦ ਸਿੰਘ। ਅਗਲੀ ਗੱਲ ਨੂੰ ਬੜੀ ਪਿਆਰੀ ਕਰ ਦਿੰਦੇ ਨੇ, ਕਹਿੰਦੇ ਨੇ ਕਿ ਕਦਰ ਕੁਦਰਤ ਪੇਸ਼, ਮੈਂ ਵਕਤ ਜ਼ਿਆਦਾ ਲੈ ਗਿਆ ਜੀ, ਅਗਲੀ ਗੱਲ ਉਹ ਕਹਿੰਦੇ ਨੇ, ਕਦਰ ਕੁਦਰਤ ਪੇਸ਼ ਗੁਰੂ ਗੋਬਿੰਦ ਸਿੰਘ, ਇਨ ਕਿਆਦ ਆਦੇਸ਼ ਗੁਰੂ ਗੋਬਿੰਦ ਸਿੰਘ। ਇਹ ਵੀ ਬੜੀ ਵੱਖਰੀ ਗੱਲ ਹੈ, ਕਦਰ ਕੁਦਰਤ ਪੇਸ਼, ਸਾਰੀ ਕੁਦਰਤ ਗੁਰੂ ਗੋਬਿੰਦ ਸਿੰਘ ਦੇ ਹੁਕਮ ਦੇ ਵਿੱਚ, ਇਨ ਕਿਆਦ ਆਦੇਸ਼ ਅਤੇ ਗੁਰੂ ਕੁਦਰਤ ਦੇ ਹੁਕਮ ਦੇ ਵਿੱਚ। ਇਹ ਖੇਡ ਬੜੀ ਵੱਖਰੀ ਹੈ। ਜਦੋਂ ਭੀਖਣ ਸ਼ਾਹ ਜੀ ਪਟਨਾ ਸਾਹਿਬ ਗਏ ਸੀ ਅਤੇ ਜਦੋਂ ਰੁਕੇ ਸੀ ਉੱਥੇ, ਅਤੇ ਉਸ ਵੇਲੇ ਮਦਾਰ ਸ਼ਾਹ ਦੇ ਨਾਲ ਜਿਹੜੀ ਵਾਰਤਾਲਾਪ ਹੋਈ ਸੀ, ਅਤੇ ਮਦਾਰ ਸ਼ਾਹ ਪਤਾ ਕੀ ਕਹਿੰਦਾ ਸੀ, ਕਹਿੰਦਾ ਸੀ ਉਮਰ ਵਡੇਰੀ ਹੋ ਗਈ ਹੈ, ਸ਼ਾਇਦ ਮਾਨਸਿਕ ਅਵਸਥਾ ਠੀਕ ਨਹੀਂ ਰਹੀ। ਅੱਜ ਮਦਾਰ ਸ਼ਾਹ ਬੁੱਢਾ ਹੋ ਗਿਆ, ਕਿਸੇ ਅਵਸਥਾ 'ਚ ਨਹੀਂ ਪਹੁੰਚਿਆ, ਅਤੇ ਅੱਜ ਭੀਖਣ ਸ਼ਾਹ ਦੇ ਸ਼ਬਦ ਯਾਦ ਆ ਗਏ ਕਿ ਖੁਦਾ ਦਾ ਰੂਪ ਪਟਨੇ 'ਚ, ਪਤਾ ਕੀਤਾ ਖੁਦਾ ਆਨੰਦਪੁਰ ਸਾਹਿਬ ਆ ਗਿਆ। ਹੁਣ ਉਹੀ ਦਰਵੇਸ਼ ਆਨੰਦਪੁਰ ਸਾਹਿਬ ਆ ਗਿਆ। ਇਸਲਾਮ ਦੇ ਵਿੱਚ ਫਕੀਰ ਅਤੇ ਦਰਵੇਸ਼ ਦੋ ਵੱਖ ਵੱਖ ਅਵਸਥਾਵਾਂ ਨੇ। ਦਰਵੇਸ਼ ਦੇ ਚੋਲੇ ਨੂੰ ਜੇਬ ਨਹੀਂ ਹੁੰਦੀ, ਇਸੇ ਕਰਕੇ ਪੰਜਾਬੀ ਦੇ ਵਿੱਚ ਕਹਾਵਤ ਵੀ ਬਣੀ ਹੈ, ਪੱਲੇ ਬੰਨ ਨਾ ਤੁਰਦੇ ਪੰਛੀ ਅਤੇ ਦਰਵੇਸ਼, ਜਿੰਨਾ ਤਕਵਾ ਰੱਬ ਦਾ ਤਿੰਨਾ ਰਿਚ ਕਮੇਸ਼। ਦਰਵੇਸ਼ ਆਪਣੇ ਕੋਲ ਕੁਝ ਨਹੀਂ ਰੱਖਦਾ। ਹੁਣ ਗੁਰਦੇਵ ਦੇ ਦਰਬਾਰ ਦੇ ਵਿੱਚ ਆਇਆ ਅਤੇ ਵੇਖਦਾ ਹੈ ਕਿ ਸੰਗਤ ਆ ਕੇ ਕਾਰਪੇਟ ਅਰਪਿਤ ਕਰ ਰਹੀ ਹੈ, ਸੰਗਤ ਕਾਰਪੇਟ ਅਰਪਿਤ ਕਰ ਰਹੀ ਹੈ, ਅਤੇ ਦਰਵੇਸ਼ ਸੋਚਦਾ ਹੈ ਕਿ ਮੇਰੇ ਕੋਲ ਤਾਂ ਕੁਝ ਵੀ ਨਹੀਂ, ਮੈਂ ਗੁਰੂ ਦੇ ਚਰਨਾਂ 'ਤੇ ਕੀ ਰੱਖਾਂ। ਦਰਬਾਰ 'ਚੋਂ ਬਾਹਰ ਚਲਾ ਗਿਆ, ਇੱਕ ਫੁੱਲ ਤੋੜਿਆ, ਦੂਜਾ ਫੁੱਲ ਤੋੜਿਆ, ਤੀਜਾ ਫੁੱਲ ਤੋੜਿਆ, ਚੰਗਾ ਨਾ ਲੱਗਾ, ਅਖੀਰ ਇੱਕ ਫੁੱਲ ਪਸੰਦ ਆਇਆ, ਲਿਆ ਕੇ ਗੁਰਦੇਵ ਪਾਤਸ਼ਾਹ ਦੇ ਚਰਨਾਂ 'ਤੇ ਰੱਖਣ ਲੱਗਾ। ਪਾਤਸ਼ਾਹ ਨੇ ਮੋਢੇ ਤੋਂ ਫੜ ਲਿਆ, ਕਹਿੰਦੇ ਪੀਰ ਜੀ ਤੁਹਾਡਾ ਆਉਣਾ ਤਾਂ ਪ੍ਰਵਾਨ,
पर यह दसो फुल क्यों तोड़िया मेरी रूह नूं दुख पहुंचा तुहाडा आउणा ते प्रवान फुल क्यों तोड़िया मेरी रूह नूं दुख पहुंचा। हुण ख्याल करियो कुदरत दे नाल प्यार किन्ना है कि जे उस खालक दी खलकत नूं बचाउण दे वास्ते अपने पुत्रां दे सिर कौम दी झोली च पाउणे पए ते औरंगजेब नूं जफरनामे च कहता चीहां शुद्ध के की हो गया बचगां कुश्तां चार मेरे चार पुत को के शहीद कर दिते गए। पुत्र शहीद होए ते की हो गया फुल टुटा ते क्यों तोड़िया। हुण नंद लाल इस गल नूं बड़े वड्डे फलसफे च समझाउंदे ने कदर कुदरत पेश गुरु गोबिंद सिंह। गुरु कुदरत की खलकत दे वास्ते तां अपना आपा भी कुरबान कर दिंदा है पर आप कुदरत दे हुकम दे विच है। हुण फुल टुटा है कह रहे क्यों टुटा पुत्र शहीद ने कहिंदे क्यों की हो गया चीहां शुद्ध के बचगा कुछ तां चार के बाकी बिमां दस्त पेची दा मार मेरा खालसा जिंदा। पुत्र शहीद हो गए कुछ नहीं पर जे फुल टुटा है कहिंदे मेरी रूह नूं दुख पहुंचा। पुत्र शहीद हुंदे ने कहिंदे मैनूं खुशी है आज खालसा खास पयो सतगुर के दरबार पियो प्याला पिरम का सुमन पए असवार मैनूं खुशी हुई मेरे पुत्र शहीद होए। फुल टुटण ते कह रहे ने पीर जी तोड़िया क्यों मैनूं दुख लगा ते पीर जी जवाब दिंदे ने कहिंदे पातशाह दस्ते खाली रुसवा अस्त रुसवा शर्मिंदगी। जे मैं खाली हाथ तेरे दरबार दे विच आउंदा शर्मिंदगी सहनी पैणी सी ते पातशाह गल ना ला के कहिंदे ने पीर जी नह दस्ते खाली रुसवा अस्त दिले खाली रुसवास्त। पीर जी इस दरबार की मर्यादा है साच कहूँ सुन लिहो सबे जिन ते नहीं प्रापायो। खाली हाथ आ जायो कोई शर्मिंदगी नहीं पर दिल प्यार तो खाली ना लैके आयो दिल प्यार दा भरिया लैके आयो इत्थे। सो इस गल नूं नंद लाल कहिंदे ने कदर कुदरत पेश गुरु गोबिंद सिंह इन क्याद आदेश गुरु गोबिंद सिंह। अगली गल उह करदे ने कादरे हरकार गुरु गोबिंद सिंह बेकसारा यार गुरु गोबिंद सिंह। कादरे हरकार एक वारी ते विच दूजी वारी पूजा दा धान सुट दिता सरसा दे विच कादे करके कि मटीरियलिज्म तो उपर उठ के असी अनुभव च आउणा है ते जे संगत दे वास्ते माया है ते उह अपने ते वरतणी नहीं। ये बड़े वड्डे संकेत ने इतिहास दे विच। और उसे गल नूं नंद लाल जदों कहिंदे ने कहिंदे कादरे हरकार गुरु दी हर गल नूं समझणा पवेगा गुरु दे हर भेद नूं समझणा पवेगा कि गुरु सिख नूं माया दे विच उदासी रहण दा ढंग किवें सिखाउंदा है गुरु दा फलसफा किवें दा गुरु दा रूहानी ओज किवें दा। इस्लाम दे विच एक बड़ी प्यारी घटना है हज़रत राबिया और हसन बसरी बैठे। हसन बसरी समझदा है कि मेरा रूहानियत तौर पर दर्जा बड़ा उच्चा है अजे बैठे ने दोवें ते किसे ने लिया के सोने की अशरफी उहदे चरणा च भेट कर दित्ती ते एकदम हसन बसरी उच्ची आवाज कहिंदा चुक लो सोना ये मेरे वास्ते मिट्टी है मैनू नहीं चाहिदा ते मुस्कुरा के कहिंदी हज़रत राबिया कहिंदे हसन बसरी अजे तैनूं सोना नज़र आ रहा है तू इस करके कह रहा है मेरे वास्ते मिट्टी है कि तू दसना चाहना कि सोने नूं मिट्टी समझदा कहिंदी जरा सोच जे किसी ने सचमुच ही तेरे अगे मिट्टी लिया के रखी होंगी तो यह गल कहनी सी अजे तो तेनों सोना नज़र आ रहा है अजे तू उस अवस्था दे विच नहीं पहुंचा। हुण गुरदेव पातशाह गुरु गोबिंद सिंह महाराज आनंदपुर साहब छड्डना पिया छोटे और वड्डे साहबजादों की शहादत उत्थों बाद दमदमा साहब हुण किवें दे निरलेप ने गुरदेव पातशाह किस तरह की निरलेपता है वो हसन बसरी नूं राबिया कह रही है कहिंदी कि अजे तो सोना नज़र आ रहा है जे सचमुच ये मिट्टी हुंदी तू कदी ना कहिंदा चुक लो अजे तो तैनूं सोना दिस रहा है। गुरदेव नूं खालसे दे विच्चों की दिस रहा है ये बड़ा एक उच्च आत्मक अवस्था की गल है गुरुदेव नूं खालसे चों की दिस रहा है। दमदमा साहब गुर महल पहुंचे उत्थे एक सवाल अजीत जुजार फरजंद नज़र नहीं आते ते मेरे गुरदेव पातशाह का बड़ा प्यारा जवाब तजे सुपंथ कुमारग चाले सो सोचन के हेत विसाले उन्हां बारे सोचना ही छड़ दो वह चंगे मार्ग ते चल पए ने। फिर सवाल कित्थे ने गुरु के फरजंद ते मेरे गुरदेव पातशाह साढ़े वल वेख के कहिंदे ने
ਹੁਣ ਉੱਥੇ ਵੇਖੋ ਗੁਰੂ ਉਸ ਉਸ ਦੇ ਵਿੱਚ ਮਾਇਆ ਤੋਂ ਕੇਵਲ ਮਾਇਆ ਦੇ ਦੋ ਰੂਪ ਹੁੰਦੇ ਨੇ ਇੱਕ ਜੜ ਇੱਕ ਚੇਤਨ ਜਿਹੜੀ ਜੜ ਮਾਇਆ ਸੀ ਉਹ ਤੇ ਗੁਰੂ ਨੇ ਬਾਲ ਅਵਸਥਾ ਦੇ ਵਿੱਚ ਹੀ ਨਦੀ 'ਚ ਸੁੱਟ ਦਿੱਤੀ ਜਿਹੜੀ ਜੜ ਮਾਇਆ ਸੀ ਉਹ ਤੇ ਸਰਸਾ 'ਚ ਵੀ ਸੁੱਟ ਦਿੱਤੀ ਹੁਣ ਚੇਤਨ ਮਾਇਆ ਉਸ ਚੇਤਨ ਮਾਇਆ ਦੇ ਵਿੱਚ ਗੁਰੂ ਦਾ ਉਸ ਕਿੰਨਾ ਉੱਚਾ ਹੈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੋਏ ਤੋਂ ਕਿਹਾ ਪਿਆ ਉੱਥੇ ਖਾਲਸਾ ਪੁੱਤਰ ਨਜ਼ਰ ਆ ਰਿਹਾ ਉੱਥੇ ਅਜੀਤ ਤੇ ਜੁਝਾਰ ਨਜ਼ਰ ਨਹੀਂ ਆ ਰਹੇ ਉੱਥੇ ਖਾਲਸਾ ਪੁੱਤਰ ਹੀ ਨਜ਼ਰ ਆ ਰਿਹਾ ਇਸੇ ਕਰਕੇ ਸਫਰੀ ਸਾਹਿਬ ਨੂੰ ਇਹ ਗੱਲ ਲਿਖਣੀ ਪੈ ਗਈ ਕਿ ਗੁਰਦੇਵ ਪਾਤਸ਼ਾਹ ਨੇ ਚਮਕੌਰ ਦੀ ਗੜੀ 'ਚ ਇੱਕ ਗੱਲ ਕਹੀ ਸੀ ਮੈਨੂੰ ਰੱਤਾ ਪਰਵਾਹ ਨਹੀਂ ਇਸ ਗੱਲ ਦੀ ਕੋਈ ਬੇਸ਼ੱਕ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਅਗਲੀ ਗੱਲ ਉਹਨਾਂ ਨੇ ਬੜੀ ਭਾਵਪੂਰਤ ਲਿਖੀ ਕਹਿੰਦੇ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਮੰਜ਼ਲ ਇੰਜ ਮੁਕਾਮ ਦਾ ਵੇਖਿਆ ਨਾ ਕਦਮ ਕਦਮ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲੁਟਾਵਾਂ ਦਾ ਵੇਖਿਆ ਨਾ ਹੰਸਾਂ ਜੈ ਮਸੂਮ ਪੁੱਤਰਾਂ ਨੂੰ ਮੂੰਹ ਮੌਤ ਦੇ ਪਾਵਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤਾਂ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ ਹੁਣ ਜਿੱਥੇ ਆ ਕੇ ਦੁਨੀਆਂ ਦੇ ਫਲਸਫੇ ਖਤਮ ਹੋ ਜਾਂਦੇ ਨੇ ਜਿੱਥੇ ਸੋਨਾ ਤੇ ਮਿੱਟੀ ਜੜ ਰੂਪ ਦੇ ਵਿੱਚ ਉਹਨਾਂ ਦਾ ਅਧਿਐਨ ਨਹੀਂ ਹੋ ਪਾ ਰਿਹਾ ਗੁਰੂ ਚੇਤਨ ਮਾਇਆ ਦੇ ਵਿੱਚ ਅਧਿਐਨ ਕਰਕੇ ਦੱਸ ਦਿੰਦੇ ਨੇ ਕਿ ਮੈਨੂੰ ਪੁੱਤਰਾਂ ਤੋਂ ਵੱਧ ਖਾਲਸਾ ਪਿਆਰਾ ਹੈ ਸੋ ਇਸ ਗੱਲ ਨੂੰ ਨੰਦ ਲਾਲ ਕਹਿੰਦੇ ਨੇ ਲਾ ਮਕਾਂ ਪਾਬੋਸ ਗੁਰੂ ਗੋਬਿੰਦ ਸਿੰਘ ਹਰ ਦੋ ਆਲਮ ਕੋਸ ਗੁਰੂ ਗੋਬਿੰਦ ਸਿੰਘ ਦੁਨੀਆ ਦੀ ਰੂਹਾਨੀਅਤ ਜਿਹੜੀ ਹੈ ਉਹ ਗੁਰੂ ਗੋਬਿੰਦ ਸਿੰਘ ਦੇ ਕਦਮ ਚੁੰਮਣਾ ਚਾਹੁੰਦੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਾਸੇ ਦੇ ਵਿੱਚ ਉਹ ਰੂਹਾਨੀਅਤ ਹੈ ਜਿਹੜੀ ਕਿਤੇ ਨਹੀਂ ਹੈਗੀ ਸੋ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਗਟ ਦਿਹਾੜਾ ਮਨਾ ਰਹੇ ਹਾਂ ਜਿੱਥੇ ਪ੍ਰਗਟ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਬਾਦ ਵਧਾਈ ਉੱਥੇ ਨਾਲ ਹੀ ਇੱਕ ਪ੍ਰਣ ਕਰੀਏ ਕਿ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਸਾਡੇ 'ਤੇ ਇਹ ਬਖਸ਼ਿਸ਼ ਕੀਤੀ ਹੈ ਨਾ ਕਿ ਖਾਲਸਾ ਮੇਰੋ ਰੂਪ ਹੈ ਖਾਸ ਉਹ ਕੇਵਲ ਬਾਹਰੀ ਰੂਪ ਦੀ ਗੱਲ ਨਹੀਂ ਹੈ ਉਹ ਅੰਦਰੀਨੀ ਵੀ ਉਹਨਾਂ ਗੁਣਾਂ ਦੀ ਗੱਲ ਹੈ ਉਸ ਅਨੁਰਵ ਦੀ ਗੱਲ ਹੈ ਉਸ ਰੂਹਾਨੀਅਤ ਦੀ ਗੱਲ ਹੈ ਜਿੱਥੇ ਜਾ ਕੇ ਕਲਗੀਧਰ ਪਾਤਸ਼ਾਹ ਦੁਨੀਆਂ ਦੇ ਸਾਹਮਣੇ ਇੱਕ ਨਕਸ਼ਾ ਰੱਖ ਦਿੰਦੇ ਨੇ ਆਗਰੇ ਦੇ ਵਿੱਚ ਮੈਂ ਆਖਰੀ ਗੱਲ ਇੱਕ ਹੋਰ ਥੋੜ੍ਹਾ ਜਿਹਾ ਵਕਤ ਜੀ ਲੈ ਲੈਣ ਲੱਗਾ ਆਗਰੇ ਦੇ ਵਿੱਚ ਖਾਨੇ ਖਾਨਾ ਬੈਰਮ ਖਾਨ ਅਤੇ ਬਹਾਦਰ ਸ਼ਾਹ ਬੈਠੇ ਨੇ ਇੱਕ ਕਾਜ਼ੀ ਗੁਰਦੇਵ ਪਾਤਸ਼ਾਹ ਨੂੰ ਸਵਾਲ ਕਰਦਾ ਹੈ ਮਜ਼ਹਬ ਤੁਹਾਰਾ ਖੂਬ ਜਾਂ ਮਜ਼ਹਬ ਹਮਾਰਾ ਖੂਬ ਅਤੇ ਮੈਂ ਸੋਚਦਾ ਹੈ ਕਿ ਅੱਜ ਜਿੰਨੀ ਵੀ ਦੁਨੀਆਂ ਦੇ ਉੱਪਰ ਲੜਾਈ ਦੇ ਕਾਰਨ ਨੇ ਨਾ ਉਹ ਹੈ ਕਿ ਮਜ਼ਹਬ ਮੇਰਾ ਖੂਬ ਹੈ ਦੂਜਾ ਕਹਿ ਰਿਹਾ ਮਜ਼ਹਬ ਮੇਰਾ ਖੂਬ ਹੈ ਲੜਾਈ ਦਾ ਕਾਰਨ ਇਹ ਹੈ ਦੁਨੀਆਂ ਦੇ ਉੱਪਰ ਹੁਣ ਗੁਰਦੇਵ ਪਾਤਸ਼ਾਹ ਦੇ ਸਾਹਮਣੇ ਉਹ ਸਵਾਲ ਹੈ ਅਤੇ ਮੈਂ ਕਹਿੰਦਾ ਜੇ ਕਿਤੇ UNO ਦਾ ਮੈਨੀਫੈਸਟੋ ਇਹ ਹੋਵੇ ਨਾ ਜਿਹੜੇ ਗੁਰਦੇਵ ਪਾਤਸ਼ਾਹ ਦੇ ਸ਼ਬਦ ਨੇ ਅਤੇ ਧਰਮਾਂ ਦੀਆਂ ਲੜਾਈਆਂ ਮੁੱਕ ਜਾਂਦੀਆਂ ਨੇ ਸਵਾਲ ਹੈ ਮਜ਼ਹਬ ਤੁਹਾਰਾ ਖੂਬ ਜਾਂ ਮਜ਼ਹਬ ਹਮਾਰਾ ਖੂਬ ਅਤੇ ਮੇਰੇ ਗੁਰਦੇਵ ਪਾਤਸ਼ਾਹ ਦਾ ਜਵਾਬ ਹੈ ਤੁਮਕੋ ਤੁਹਾਰਾ ਖੂਬ ਹਮਕੋ ਹਮਾਰਾ ਖੂਬ ਉੱਥੇ ਸਰ ਬੁਲੰਦ ਖਾਨ ਜਵਾਬ ਬਹੁਤ ਵੱਡਾ ਹੈ ਧਾਰਮਿਕ ਲੜਾਈ ਤਾਂ ਇੱਥੇ ਮੁੱਕ ਜਾਂਦੀ ਹੈ ਕਿ ਤੈਨੂੰ ਤੇਰਾ ਮੁਬਾਰਕ ਮੈਨੂੰ ਮੇਰਾ ਮੁਬਾਰਕ ਬਸ਼ਰਤੇ ਮਨੁੱਖਤਾ ਦੀਆਂ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਦੇ ਉੱਪਰ ਹੋਵੇ ਪਰ ਇਸਲਾਮ ਇਸ ਗੱਲ ਨੂੰ ਕਿਵੇਂ ਪ੍ਰਵਾਨ ਕਰੇ ਕਿਉਂਕਿ ਉਹ ਕਹਿ ਰਿਹਾ ਅਸ ਸ਼ਰਾ ਤਹਿਤਮ ਸੈਫ ਕਿ ਕਿਸੇ ਵੀ ਤਰੀਕੇ ਦੇ ਨਾਲ ਦਾਰੁਲ ਹਰਬ ਨੂੰ ਦਾਰੁਲ ਇਸਲਾਮ 'ਚ ਲੈ ਕੇ ਆਉਣਾ ਸਾਰੀ ਦੁਨੀਆਂ ਨੂੰ ਇਸਲਾਮ 'ਚ ਲੈ ਕੇ ਆਉਣਾ ਕਿਵੇਂ ਉਹਨੂੰ ਚੰਗਾ ਲੱਗੇ ਕਿ ਤੁਮਕੋ ਤੁਹਾਰਾ ਖੂਬ ਹਮਕੋ ਹਮਾਰਾ ਖੂਬ ਫਿਰ ਇਸ ਵਿਚਾਰਧਾਰਾ ਨੂੰ ਤਾਂ ਖਤਮ ਕਰਨਾ ਪਵੇਗਾ ਨਾ ਇਹ ਵਿਚਾਰਧਾਰਾ ਦਬਾਉਣੀ ਪਵੇਗੀ ਹੁਣ ਇਸ ਵਿਚਾਰਧਾਰਾ ਨੂੰ ਦਬਾਉਣਾ ਵੀ ਇਸ ਕਰਕੇ ਔਖਾ ਹੋ ਗਿਆ ਕਿ ਜੈਜੋਂ ਦੀ ਜੰਗ ਦੇ ਵਿੱਚ ਤਾਰਾ ਆਜ਼ਮ ਦੀ ਜਿਹੜੀ ਜਿੱਤ ਹੁੰਦੀ ਉਹ ਵੀ ਮਾਫ ਕਰਨਾ ਹਾਰ ਹੁੰਦੀ ਹੈ ਅਤੇ ਮੌਜ਼ਮ ਦੀ ਜਿੱਤ ਹੁੰਦੀ ਉਹ ਵੀ ਗੁਰੂ ਦੀ ਕਿਰਪਾ ਦੇ ਕਰਕੇ ਜਿਸ ਵੇਲੇ ਤਾਰਾ ਆਜ਼ਮ ਜ਼ਮੀਨ 'ਤੇ ਡਿੱਗਦਾ ਹੈ ਤੀਰ ਵੱਜਾ ਹੈ ਅਤੇ ਸਾਰੇ ਯੋਧੇ ਆ ਕੇ ਵੇਖਦੇ ਨੇ ਕਿ ਤੀਰ ਕਿਹਦਾ ਅਕਸਰ ਕਿਤੇ ਤੁਸੀਂ ਤੀਰ ਅੰਦਾਜ਼ੀ ਕਰਨ ਜਾਓ ਜਿਨ੍ਹਾਂ ਦੇਸ਼ਾਂ ਦੇ 'ਚ ਅਜੇ ਵੀ ਪੁਰਾਣੀ ਟ੍ਰੈਡੀਸ਼ਨਲ ਤੀਰ ਅੰਦਾਜ਼ੀ ਹੁੰਦੀ ਜਿਵੇਂ ਤਿੱਬਤ ਹੈ ਹਰ ਤੀਰ ਦੇ ਉੱਪਰ ਹਰ ਯੋਧਾ ਆਪਣੇ ਨਿਸ਼ਾਨੀ ਦੇ ਵਾਸਤੇ ਕੋਈ ਧਾਗਾ ਜਾਂ ਕੋਈ ਰਿੰਗ ਪਾਉਂਦਾ ਹੈ ਕਿ ਜਦੋਂ ਨਿਸ਼ਾਨੇ 'ਤੇ ਲੱਗੇ ਪਤਾ ਹੋਵੇ ਕਿ ਮੇਰਾ ਤੀਰ ਹੈ ਹੁਣ ਜਦੋਂ ਤਾਰਾ ਆਜ਼ਮ ਦੇ ਤੀਰ ਲੱਗਦਾ ਹਾਥੀ ਤੋਂ ਥੱਲੇ ਡਿੱਗ ਪੈਂਦਾ ਹੈ ਸਾਰੇ ਯੋਧੇ ਵੇਖ ਰਹੇ ਨੇ ਤੀਰ ਕਿਸ ਦਾ ਲੱਗਾ ਹੈ ਕਿਸੇ ਨੂੰ ਸ਼ਨਾਖਤ ਨਹੀਂ ਹੋ ਰਹੀ ਸ਼ਹਿਜ਼ਾਦਾ ਮੁਅੱਜ਼ਮ ਆਉਂਦਾ ਹੈ ਅਤੇ ਜਦੋਂ ਤੀਰ ਦੀ ਮੁਖੀ ਦੇ ਪਿੱਛੇ ਸੋਨੇ ਦਾ ਰਿੰਗ ਵੇਖਦਾ ਨਾ ਕਹਿੰਦਾ ਹਮ ਜਾਨਤ ਤਹਿ ਮਰਦ ਕੋ ਜਹ ਤਰਕਸ਼ ਕਾ ਇਹ ਤੀਰ ਮੈਂ ਉਸ ਮਰਦ ਸੂਰਮੇ ਨੂੰ ਜਾਣਦਾ ਜਿਹਦੇ ਤਰਕਸ਼ ਦਾ ਇਹ ਤੀਰ ਹੈ ਕਿਉਂਕਿ ਗੁਰੂ ਦੇ ਤੀਰ ਦੇ ਉੱਪਰ ਜਿਹੜੀ ਮੁੱਠੀ ਦੇ ਉੱਪਰ ਸੋਨਾ ਸੀ ਇਸ ਕਰਕੇ ਕਿ ਦੁਸ਼ਮਣ ਜ਼ਖਮੀ ਹੋ ਜਾਵੇ ਇਲਾਜ ਹੋ ਸਕੇ
मौत हो जाए तो कफन ते दफन का इंतजाम हो सके। ये मेरे गुरुदेव की बख्शिश है। हुण सरबुलंद खान नूं इह गल क्यों चंगी लगे कि एक तो मुअज़्ज़म जिहड़ा है वह गुरु नूं खिलत भेट कर रहा है जिहड़ी कि इस्लामी परंपरा दे शैखल होइंद तो बिना किसी होर नूं भेट नहीं की जा रही कि जिहड़ा शहजादा मुअज़्ज़म है गुरु नूं अपना धार्मिक रहबर तस्लीम कर रहा है। दूजे बन्ने जिहड़ा उहदे काजी का जवाब है वह गुरु साहब ने निरुत्तर है कि तुमको तुम्हारा खूब हमको हमारा खूब। सरबुलंद खान शहजादा मुअज़्ज़म नूं कहिंदा है कहिंदा बादशाह शाहिद आलम सानू पता लगा है कि फतेह चंद ते राजा मेदनी प्रकाश के सामने गुरु गोबिंद सिंह महाराज ने आदमखोर शेर का शिकार किया सी। क्यों ना जाजों के जंगल के विच भी शेर है गुरु की करामात नूं वेख्या जाए। बहादुर शाह शहजादा मुअज़्ज़म गुरुदेव पातशाह नूं कहिंदा पातशाह मेरा वजीर चाहुंदा है कि असी तुहाडे शेर के शिकार के जहर वेखीए। पातशाह कहिंदे ठीक है शामां नूं जावांगे। घोड़े के उपर सरबुलंद खान घोड़े के उपर बैरम खान घोड़े के उपर दसम पातशाह भाई दया सिंह ते कुछ होर सिंह शाम नूं चल पे शिकार दे वास्ते। जिस वेले शेर दीआं पैड़ां दे निशान वेखे ते उस वेले पता लग गया कि किहड़ी गार दे विच शेर बैठा है ते उस वेले सरबुलंद खान कहिंदा है गुरु गोबिंद सिंह महाराज उधर शेर है जाओ करो शिकार। पातशाह तुर लगे ते भाई रोशन सिंह ने उतर के घोड़े की लगाम फड़ ली अगों वाग फड़ ली। पातशाह कम तो छोटा जा ये किवें हो सकता है कि सिख खड़ा होवे ते गुरु जावे। मैं जाना तुर लगा तो सरबुलंद खान के अंदर एक जरूरत जागी। अजीब गल है असी तो मैं इन्ना वड्डा बहादुर जरनैल 7000 मनसबदार आ गुरु का एक सिख जिहड़ा घोड़े तो उतर के तुर पिया है शिकार तो मैनू करना चाहिए। कहिंदा ठीक है मेरे च भी बहादुरी हैगी शेर का शिकार मैं भी करूँगा। सरबुलंद खान गया। इतिहास में पढ़ के वेखो इस्लामी इतिहासकार भी इसका जिक्र करते हैं जदों गार चो निकल के शेर ने झपटा मारिया ना इतिहासकार एक शब्द वरते ने कहिंदे जिस तरह धोबी कपड़े नूं पत्थर दे उपर पटकदा इस तरह सरबुलंद नूं पटक के जमीन ते शेर ने दो हिस्से करके पाड़ के सुट दिता। बहादुर शाह घोड़ा मोड़ के वापस भजन लगा तो पातशाह कहिंदे रुक जा अजे तो तू अपने जरनैल दे जहर वेखे ने मेरे सिख दे जहर भी वेख ला। रोशन सिंह जा। रोशन सिंह जाण लगा तो पातशाह कहिंदे ने रोशन सिंह आ लै शमशीर। कहिंदा नहीं पातशाह शमशीर तुहाडी नहीं लैके जानी जे कितें तुहाडी शमशीर दे नाल शेर का शिकार किया बहादुर शाह समझेगा शमशीर दे विच करामात सी। पातशाह कहिंदे फिर किस नाल शिकार करेंगा। कहिंदा कुत्का वड्डा डंडा सी कोल मैं अपने कुत्के दे नाल शिकार करांगा। गया शेर का मुकाबला किया ऐसा वार किया पहला कि शेर दे सिर दे उपर कुत्का वज्जा छोटी श्री साहब दे नाल शेर का शिकार किया कमर कस्सा खोलिया मरे शेर दियां लत्तां नूं बन्न के लिया के बहादुर शाह दे अगे सुट दिता। बहादुर शाह जमीन नूं हथ ला के कहिंदा लाहौल कुवतिल्ला गुरु गोबिंद सिंह तेरे ऐसे सिख कोई वड्डी तलवार नहीं खड़ी कोई तोड़ेदार बंदूक नहीं खड़ी मेरा 7000 मनसबदार शेर ने पाड़ के सुट दिता तेरा सिख गया। तो पातशाह एक छोटी जी श्री साहब के नाल एक डंडे के नाल शेर का शिकार करके लैके आया अपने गल दे विच्चों हार कढ़ के रोशन सिंह के सामने करके कहिंदा रोशन सिंह झोली कर इनाम देना चाहुंदा। रोशन सिंह पिछे हट गया कहिंदा बहादुर शाह इस झोली दे विच कोई रहमत पा सकदा है ते गुरु मैं किसी दे अगे झोली नहीं हट सकता। इस झोली दे विच कोई रहमत पा सकदा है ते गुरु गोबिंद सिंह तो बिना कोई नहीं पा सकता। मैं किसी दे कोलों कुछ नहीं लै सकता ते आओ हुण एक प्रण करिए कि ये झोली गुरु तो बिना किसी होर दे अगे ना टी जावे गुरु तो अगे किसी होर कोलों ना मंगण दे वास्ते अपनी झोली करी करी कर ली। नहीं तो माफ़ करना पदार्थवाद दे विच असी डोल जाने हैं। हुण नंद लाल आखिरी शब्दों की समाप्ति। नंद लाल जिस वेले गुरु गोबिंद सिंह महाराज की सिफत करते हैं तो बड़ी प्यारी गल करते हैं कहिंदे ने कि दीन दुनिया दरक मंदे आ बरी रुखसार मां हर दो आलम कीमते यक तार मुए यार मां। सारी दुनिया की दौलत होए मैं तेरे रुखसार तो मैं तेरे चेहरे तो कुरबान कर देवां। लोक पर लोक होवे तेरे केसां दी कतार दे उपरों कुरबान किए जा सकते हैं। तो पातशाह घुट के गल दे नाल ला लैंदे ने नंद लाल ये किवें की कह रहे हैं। तो नंद लाल कहिंदा दिल अगर दाना बवद अंतर किनारिश यार अस्त चश्म गर बिना बवद हर तरफ दीदार अस्त। पातशाह
ਜਦੋਂ ਦੇ ਤੇਰੇ ਦੀਦਾਰ ਕੀਤੇ ਤੇ ਤੇਰੇ ਮੁਖਾਰਬਿੰਦ ਚੋਂ ਸ਼ਬਦ ਤੇ ਸੁਰਤ ਦੀ ਸੋਝੀ ਪਈ, ਹੁਣ ਤੇ ਮੈਂ ਜਿੱਧਰ ਵੀ ਵੇਖਦਾ ਹਰ ਤਰਫ ਦੀਦਾਰ ਅਸਤ, ਤੇਰੇ ਤੋਂ ਬਿਨਾਂ ਨਜ਼ਰ ਹੀ ਕੁਛ ਨਹੀਂ ਆਉਂਦਾ। ਇੱਕ ਪਿਆਰਾ ਕੌਤਕ ਕੀਤਾ ਗੁਰਦੇਵ ਪਾਤਸ਼ਾਹ ਨੇ, ਨਾਲ ਲੈ ਕੇ ਤੁਰ ਪਏ। ਜ਼ਮੀਨ ਤੋਂ ਇੱਕ ਪੱਥਰ ਚੁੱਕ ਕੇ ਸੁੱਟਦੇ ਨੇ ਤੇ ਕਹਿੰਦੇ ਪਾਣੀ 'ਚ ਪੱਥਰ ਕਿਉਂ ਡੁੱਬਿਆ। ਇੱਕ ਸਿੱਖ ਕਹਿੰਦਾ ਪਾਤਸ਼ਾਹ ਪੱਥਰ ਹਮੇਸ਼ਾ ਪਾਣੀ 'ਚ ਡੁੱਬ ਜਾਂਦਾ। ਕੋਈ ਵਿਅੰਗ ਨਹੀਂ, ਕੋਈ ਟਿੱਪਣੀ ਨਹੀਂ, ਕੋਈ ਕਮੈਂਟ ਨਹੀਂ। ਥੋੜ੍ਹਾ ਹੋਰ ਅੱਗੇ ਗਏ, ਪੱਥਰ ਫਿਰ ਚੁੱਕਦੇ ਨੇ, ਫਿਰ ਪਾਣੀ 'ਚ ਸੁੱਟਦੇ ਨੇ। ਸਵਾਲ ਉਹੀ ਹੈ, ਸਿੱਖੋ ਪੱਥਰ ਡੁੱਬਿਆ ਕਿਉਂ ਹੈ? ਪਾਤਸ਼ਾਹ ਪੱਥਰ ਪਾਣੀ 'ਚ ਡੁੱਬ ਜਾਂਦਾ, ਪੱਥਰ ਭਾਰਾ ਹੁੰਦਾ, ਪਾਣੀ ਹਲਕਾ ਹੁੰਦਾ। ਥੋੜ੍ਹਾ ਹੋਰ, ਤੀਜਾ ਪੱਥਰ ਫਿਰ ਚੁੱਕਿਆ ਅਤੇ ਫਿਰ ਪਾਣੀ 'ਚ। ਸਵਾਲ ਉਹੀ ਹੈ। ਇੱਕ ਸਾਡਾ ਸੁਭਾਅ ਹੈ, ਇੱਕ ਸਵਾਲ ਵਾਰ ਵਾਰ ਪੁੱਛਿਆ ਜਾਵੇ ਅਸੀਂ ਤਲਖੀ ਜਾ ਜਾਂਦੇ ਹਾਂ। ਇੱਕ ਸਿੱਖ ਕਹਿੰਦਾ ਪਾਤਸ਼ਾਹ ਪੱਥਰ ਚੁੱਕ ਦਿਓ, ਪਾਣੀ 'ਚ ਸੁੱਟ ਦਿਓ, ਕਮਾਲੇ ਕਰਾਂ ਮਾਤੋ, ਤੁਸੀਂ ਜ਼ਹਰਾ ਜ਼ਹੂਰ ਹੋ, ਤੁਹਾਨੂੰ ਵੀ ਪਤਾ ਪੱਥਰ ਪਾਣੀ 'ਚ ਡੁੱਬ ਜਾਂਦਾ, ਸਾਨੂੰ ਕਿਉਂ ਪੁੱਛਦੇ ਹੋ ਵਾਰ ਵਾਰ? ਮੁਸਕਰਾ ਪਏ ਪਾਤਸ਼ਾਹ। ਥੋੜ੍ਹਾ ਹੋਰ ਅੱਗੇ ਗਏ, ਪੱਥਰ ਫਿਰ ਚੁੱਕ ਲਿਆ, ਫਿਰ ਪਾਣੀ 'ਚ। ਸਵਾਲ ਉਹੀ ਹੈ ਪਰ ਹੁਣ ਨੰਦ ਲਾਲ ਨੂੰ, ਨੰਦ ਲਾਲ ਪੱਥਰ ਡੁੱਬਿਆ ਕਿਉਂ ਹੈ? ਕੋਈ ਆਵਾਜ਼ ਨਹੀਂ। ਪਾਤਸ਼ਾਹ ਉੱਚੀ ਆਵਾਜ਼ 'ਚ ਕਹਿੰਦੇ ਨੰਦ ਲਾਲ ਮੈਂ ਤੈਨੂੰ ਪੁੱਛ ਰਿਹਾ ਪੱਥਰ ਡੁੱਬਿਆ ਕਿਉਂ ਹੈ? ਕੋਈ ਆਵਾਜ਼ ਨਹੀਂ। ਪਿੱਛੇ ਮੁੜ ਕੇ ਵੇਖਿਆ ਤੇ ਨੰਦ ਲਾਲ ਚਾਰੋ ਚਾਰ ਰੋ ਰਿਹਾ ਹੈ। ਮੋਢੇ ਤੋਂ ਫੜਿਆ, ਨੰਦ ਲਾਲ ਮੈਂ ਤੈਨੂੰ ਪੁੱਛ ਰਿਹਾ ਪੱਥਰ ਡੁੱਬਿਆ ਕਿਉਂ ਹੈ? ਸ਼ਾਇਰ ਸੀ, ਬੜੇ ਪਿਆਰ ਦੇ ਵਿੱਚ ਵਜ਼ਨ 'ਚ ਆ ਕੇ ਕਹਿੰਦਾ ਪਾਤਸ਼ਾਹ ਬ੍ਰਾਹਮਣ ਮੁਸ਼ਤਾਕ ਹੈ ਬੁੱਤ, ਜ਼ਾਹਿਦ ਫਿਜ਼ਾਏ ਖਾਨ ਕਾ ਹਰ ਕਜ਼ਾ ਜ਼ਲਵਾ ਮੁਹੱਬਤ ਦੀਦਾ ਯਮ ਸ਼ਰਸ਼ਾਰ ਅਸਤ। ਪਾਤਸ਼ਾਹ ਬ੍ਰਾਹਮਣ ਤੇ ਪੱਥਰ ਦੇ ਬੁੱਤਾਂ ਨੂੰ ਜਾ ਕੇ ਮੱਥੇ ਟੇਕਦਾ, ਮੈਂ ਨਾ ਡੁੱਬਾਂ। ਮੁਸਲਮਾਨ ਪੱਥਰ ਦੀ ਮਸਜਿਦ ਵਿੱਚ ਜ਼ਿਆਰੀਨ ਬਣ ਕੇ ਜਾਂਦਾ ਤੇ ਜ਼ਿਆਰਤ ਕਰਕੇ ਸਿਜਦਾ ਕਰਕੇ ਕਹਿੰਦਾ ਮੈਂ ਨਾ ਡੁੱਬਾਂ। ਸੱਚ ਜਾਣੀ ਹਰ ਕਜ਼ਾ ਜ਼ਲਵਾ ਮੁਹੱਬਤ ਦੀਦਾ ਯਮ ਸ਼ਰਸ਼ਾਰਸਤ, ਮੇਰੀਆਂ ਅੱਖਾਂ ਦੇ ਜੱਥਰੂ ਤਾਂ ਇਸ ਕਰਕੇ ਆ ਗਏ, ਨਾ ਮੈਂ ਪੱਥਰ ਵੇਖਿਆ ਨਾ ਮੈਂ ਪਾਣੀ ਵੇਖਿਆ, ਮੈਨੂੰ ਤਾਂ ਇੰਨਾ ਪਤਾ ਲੱਗਾ ਜਿਹੜਾ ਤੇਰੇ ਹੱਥ 'ਚੋਂ ਛੁੱਟ ਗਿਆ ਉਹ ਡੁੱਬ ਗਿਆ, ਮੈਂ ਤਾਂ ਹੋਰ ਕੁਛ ਵੇਖਿਆ ਹੀ ਨਹੀਂ। ਬ੍ਰਾਹਮਣ ਮੁਸ਼ਤਾਕ ਹੈ ਬੁੱਤ, ਜ਼ਾਹਿਦ ਫਿਜ਼ਾਏ ਖਾਨ ਕਾ ਹਰ ਕਜ਼ਾ ਜ਼ਲਵਾ ਮੁਹੱਬਤ ਦੀਦਾ ਯਮ ਸ਼ਰਸ਼ਾਰ ਅਸਤ, ਮੇਰੀਆਂ ਅੱਖਾਂ ਦੇ ਵਿੱਚ ਹੰਝੂ ਤਾਂ ਇਸ ਕਰਕੇ ਨੇ ਕਿ ਮੈਨੂੰ ਇਹ ਪਤਾ ਲੱਗਾ ਮਹਿਫੂਜ਼ ਉਹ ਹੈ ਜੋ ਤੇਰੇ ਹੱਥ ਦੇ ਵਿੱਚ ਹੈ। ਪਾਤਸ਼ਾਹ ਕਹਿੰਦੇ ਨੰਦ ਲਾਲ ਕੁਛ ਮੰਗ, ਅਤੇ ਨੰਦ ਲਾਲ ਕਹਿੰਦਾ ਕੀ ਮੰਗਾਂ? ਖਿਆਲ ਕਰਿਓ, ਇਸ ਖੇਡ ਨੂੰ ਸਮਝਿਓ। ਗੁਰੂ ਦੇ ਦਰਬਾਰ 'ਚ ਆਉਂਦੇ ਹਾਂ, ਮੰਗਾਂ ਦੀ ਲਿਸਟ ਬਣਦੀ ਹੈ। ਹੁਣ ਪੂਰਨ ਗੁਰੂ ਨੰਦ ਲਾਲ ਨੂੰ ਕਹਿ ਰਿਹਾ ਗਲ ਦੇ ਨਾਲ ਲਾ ਕੇ ਨੰਦ ਲਾਲ ਕੁਛ ਮੰਗ, ਅਤੇ ਗੁਰੂ ਕਹਿ ਰਿਹਾ ਕੀ ਮੰਗਾਂ? ਗੁਰੂ ਕਹਿ ਰਿਹਾ ਮੰਗ, ਅਤੇ ਸਿੱਖ ਕੀ ਮੰਗਾਂ? ਪਾਤਸ਼ਾਹ ਕਹਿੰਦੇ ਨੰਦ ਲਾਲ ਕੁਛ ਤਾਂ ਮੰਗ, ਅਤੇ ਨੰਦ ਲਾਲ ਕਹਿੰਦਾ ਪਾਤਸ਼ਾਹ ਜੇ ਮੈਂ ਦੁਨੀਆਂ ਦੀ ਦੌਲਤ ਮੰਗਾਂ, ਦੀਨ ਦੁਨੀਆਂ ਦਰ ਕਮੰਦੇ ਆ ਬਰੀ ਰੁਖਸਾਰ ਮਾਂ, ਉਹ ਤਾਂ ਤੇਰੇ ਚਿਹਰੇ ਤੋਂ ਕੁਰਬਾਨ ਕੀਤੀ ਜਾ ਸਕਦੀ ਹੈ। ਹਰ ਦੋ ਆਲਮ ਕੀਮਤੇ ਯੱਕ ਤਾਰ ਮੂਏ ਯਾਰ ਮਾਂ, ਅਤੇ ਜੇਕਰ ਮੈਂ ਦੋ ਆਲਮ ਮੰਗਾਂ ਲੋਕ ਅਤੇ ਪਰਲੋਕ, ਉਹ ਤਾਂ ਤੇਰੇ ਕੇਸਾਂ ਦੀ ਇੱਕ ਤਾਰ ਦੇ ਬਰਾਬਰ ਨੇ, ਅਤੇ ਸਿੱਖ ਦੀ ਸਭ ਤੋਂ ਵੱਡੀ ਮੰਗ ਕੀ ਹੁੰਦੀ ਹੈ? ਪ੍ਰਭ ਕੀ ਜੇ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ, ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ। ਅਤੇ ਪਾਤਸ਼ਾਹ ਤੂੰ ਗੱਲ ਦੇ ਨਾਲ ਲਾ ਲਿਆ, ਦੱਸ ਹੁਣ ਮੰਗ ਰਹੀ ਕਿਹੜੀ? ਮੁਸਕਰਾ ਪਏ ਪਾਤਸ਼ਾਹ, ਨੰਦ ਲਾਲ ਖੇਡ ਆ ਇਸ਼ਕ ਦੀ। ਕਹਿੰਦੇ ਨੰਦ ਲਾਲ ਮੇਰੀ ਵੀ ਜਿੱਦ ਹੈ, ਕੁਛ ਤਾਂ ਮੰਗ। ਅਤੇ ਨੰਦ ਲਾਲ ਕਹਿੰਦਾ ਨਾ ਲੋਕ ਮੰਗਣਾ, ਨਾ ਪਰਲੋਕ, ਨਾ ਪਦਾਰਥਵਾਦ, ਨਾ ਮਿਲਾਪ। ਪਾਤਸ਼ਾਹ ਜੇ ਮਜਬੂਰ ਕੀਤਾ ਹੈ ਨਾ, ਫਿਰ ਇੱਕੋ ਮੰਗ ਹੀ। ਗੁਰੂ ਦੇ ਪ੍ਰਕਾਸ਼ ਦਿਵਸ ਦੇ ਪ੍ਰਗਟ ਦਿਹਾੜੇ 'ਤੇ ਬੈਠੇ ਹਾਂ, ਅਰਦਾਸ ਕਰਿਓ ਨੰਦ ਲਾਲ ਦੀ ਮੰਗ ਸਾਡੀ ਸਾਰਿਆਂ ਦੀ ਮੰਗ ਬਣ ਜਾਵੇ। ਨੰਦ ਲਾਲ ਕਹਿੰਦਾ ਮਬਰ ਐ ਬਾਤ ਖਾਕਮ ਅਚ ਦਰ ਦੂਸ਼ਿਤ ਦੁਸ਼ਮਨਨ ਸਰਜਨ ਸ਼ਕੁਨਤ ਕੇਮ ਹੋ ਜਾਈ ਅਸਤ। ਜਦੋਂ ਮਰ ਜਾਵਾਂ, ਸਰੀਰ ਸੜ ਜਾਵੇ, ਮਬਰ ਐ ਬਾਤ ਖਾਕਮ, ਸੜਨ ਤੋਂ ਬਾਅਦ ਜਿਹੜੀ ਸਵਾਹ ਰਹਿ ਜਾਵੇ ਨਾ, ਉਹ ਉੱਡ ਕੇ ਤੇਰੇ ਸਿੱਖਾਂ ਦੇ ਪੈਰਾਂ ਤੋਂ ਬਿਨਾਂ ਕਿਸੇ ਹੋਰ ਦੇ ਪੈਰਾਂ ਨੂੰ ਨਾ ਲੱਗੇ। ਇਹ ਮੇਰੀ ਮੰਗ ਹੈ। ਗੁਰੂ ਕਿਰਪਾ ਕਰੇ, ਸਾਡੀ ਵੀ ਗੁਰੂ ਦੇ ਅੱਗੇ ਇਹੀ ਮੰਗ ਹੋਵੇ ਅੱਜ ਕਿ ਸਾਡਾ ਸਿਰ ਕਿਸੇ ਦੇ ਅੱਗੇ ਨਾ ਚੁੱਕੇ ਗੁਰੂ ਤੋਂ ਬਿਨਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਵਕਤ ਵੱਧ ਲੈ ਗਿਆ, ਖਿਮਾ ਦਾ ਜਾਚਕ। ਆਓ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਫਤਿਹ ਬੁਲਾਈਏ, ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।